ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਨਾਹਿਨ ਨਿਰਮਲ ਕਰਨੀ ਸਾਧ ਸੰਗਤ ਕੇ ਅੰਚਲ ਲਾਵੋ ਬਿਖਮ ਨਦੀ ਜਾਏ ਤਰਨੀ ਜੁਗੋ ਜੁਗ ਅਟਲ ਸ਼ਬਦ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਪਾਤਸ਼ਾਹ ਜੀ ਦੀ ਅਜ਼ੀਮ ਅਪਾਰ ਬਖਸ਼ਿਸ਼ ਚੜ੍ਹਦੀ ਸਵੇਰ ਅਸੀਂ ਸਤਸੰਗਤ ਮਾਣ ਰਹੇ ਹਾਂ। ਅਜੇ ਹੁਣੇ ਅਰਦਾਸ ਦੀ ਸ਼ਮੂਲੀਅਤ ਤੋਂ ਉਪਰੰਤ ਜੋ ਪਵਿੱਤਰ ਪਾਵਨ ਗੁਰਬਚਨ ਗੁਰਵਾਕ ਹੈ ਜਿਸ ਅਸਥਾਨ ਤੋਂ ਸਾਨੂੰ ਤਾਮੀਰ ਹੋ ਰਿਹਾ ਹੈ ਉਸਦਾ ਪਾਠ ਭਾਈ ਸਾਹਿਬ ਨੇ ਬੜੇ ਭਾਵਪੂਰਤ ਅੰਦਾਜ਼ ਵਿੱਚ ਸਾਡੇ ਵਾਸਤੇ ਦੁਹਰਾਇਆ ਹੈ। ਬਚਨ ਬਾਣੀ ਰੂਪ ਵਿੱਚ ਆਪਨੇ ਸਰਵਨ ਕਰ ਲਿਆ ਹੈ। ਅਗਲੇ ਬਣਦੇ ਸਮੇਂ ਦੇ ਵਿੱਚ ਇਹਨਾਂ ਬਚਨਾਂ ਦੀ ਵਿਵੇਚਨਾ ਵਿਚਾਰ ਅਸੀਂ ਕਰਾਂਗੇ। ਸੋ ਆਓ ਮਨ ਬਿਰਤੀਆਂ ਇਕਾਗਰ ਕਰਦਿਆਂ ਹੋਇਆਂ ਮੈਨੂੰ ਕੁਝ ਕਹਿਣ ਦੀ ਇਜਾਜ਼ਤ ਦੇਣੀ ਕਹਿ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਗੁਰਸ਼ਬਦ ਤਨਾਸਰੀ ਰਾਗ ਦੀ ਰਚਨਾ ਹੈ। ਮਹਲਾ ਚੌਥਾ। ਗੁਰੂ ਰਾਮਦਾਸ ਪਾਤਸ਼ਾਹ ਗੁਰੂ ਨਾਨਕ ਜੋਤ ਦਾ ਚੌਥਾ ਜਾਮਾ ਚੌਥੇ ਜਾਨਸ਼ੀਨ ਇਸ ਬਚਨ ਨੂੰ ਉਚਰਿਤ ਕਰ ਰਹੇ ਨੇ। ਸ਼ਬਦ ਕੋਈ ਬਹੁਤ ਲਮੇਰਾ ਨਹੀਂ, ਦੋ ਬੰਦਾਂ ਦਾ ਵਾਕ ਹੈ। ਵਿਚਾਰ ਦੀ ਪ੍ਰਾਰੰਭਤਾ ਮੁੱਖ ਸੁਨੇਹੇ ਦੇ ਪਦੇ ਤੋਂ ਕਰਾਂਗੇ। ਸਾਹਿਬ ਜ਼ਿਕਰ ਕਰ ਰਹੇ ਨੇ, ਜਪ ਮਨ ਸਤਿਨਾਮ ਸਦਾ ਸਤਿਨਾਮ, ਹਲਤ ਪਲਤ ਮੁੱਖ ਊਜਲ ਹੋਈ ਹੈ, ਨਿਤ ਧਿਆਈਐ ਹਰ ਪੁਰਖ ਨਿਰੰਜਨਾ ਰਹਾਉ। ਜਪ ਮਨ ਸਤਿਨਾਮ ਸਦਾ ਸਤਿਨਾਮ, ਸਾਡਾ ਸ਼ਬਦ ਗੁਰੂ ਹੈ ਅਤੇ ਸ਼ਬਦ ਦਾ ਮਤਲਬ ਹੈ ਉਹ ਗਿਆਨ, ਉਹ ਸੋਚ, ਉਹ ਸਮਝ, ਉਹ ਜ਼ਿੰਦਗੀ ਜੀਣ ਦਾ ਢੰਗ, ਤਰੀਕਾ, ਸਲੀਕਾ, ਜਿਹੜਾ ਲਫਜ਼ਾਂ ਦੇ ਵਿੱਚ ਮਤਾਇਤ ਕਰਕੇ, ਲਫਜ਼ਾਂ ਦੇ ਵਿੱਚ ਪਾ ਕੇ ਗੁਰੂ ਬਾਬਾ ਜੀ ਨੇ ਸਾਨੂੰ ਨਵਾਜਿਆ, ਸਾਨੂੰ ਦਿੱਤਾ ਹੈ। ਜੇ ਅਸੀਂ ਸ਼ਬਦ ਗੁਰੂ ਤੋਂ ਕੁਝ ਧਾਰਨ ਕਰਨਾ ਹੈ, ਕੁਝ ਪ੍ਰਾਪਤ ਕਰਨਾ ਹੈ, ਤਾਂ ਸਾਨੂੰ ਇਹ ਹਰਫ, ਲਫਜ਼, ਅਲਫਾਜ਼, ਅੱਖਰ ਇਹ ਸਮਝਣੇ ਆਉਣਗੇ। ਜੇ ਨਹੀਂ ਸਮਝ ਪਾਵਾਂਗੇ, ਇਹਨਾਂ ਨੂੰ ਪ੍ਰੋਪਰ ਤਰੀਕੇ ਦੇ ਨਾਲ ਨਹੀਂ ਆਪਣੇ ਜ਼ਿਹਨ ਵਿੱਚ ਪਾ ਸਕਾਂਗੇ, ਅਸੀਂ ਸ਼ਬਦ ਵਿੱਚ ਪਈ ਹੋਈ ਉਹ ਪ੍ਰਕਾਸ਼ਨਾ, ਜਿਹੜਾ ਸ਼ਬਦ ਅਸਲ ਪ੍ਰਕਾਸ਼ ਹੈ, ਅਸਲ ਰੌਸ਼ਨੀ ਹੈ, ਉਹਦੇ ਤੱਕ ਅੱਪੜ ਨਹੀਂ ਸਕਦੇ, ਪਹੁੰਚ ਨਹੀਂ ਸਕਦੇ। ਹੁਣ ਇਹਦੇ ਬਾਬਤ ਥੋੜ੍ਹੀ ਜਿਹੀ ਬਾਤ ਮੈਂ ਜਿਹੜੀ ਹੈ ਗਹਿਰੀ ਕਰਨ ਲੱਗਾ, ਉਹ ਇਸ ਕਰਕੇ ਹੈ ਕਿਉਂਕਿ ਲਫਜ਼ਾਂ ਨੂੰ ਪਕੜਨਾ ਬਹੁਤ ਜ਼ਰੂਰੀ ਹੈ। ਸਾਡੇ ਗੁਰਬਾਣੀ ਦੇ ਬਹੁਤ ਸਾਰੇ ਟੀਕਾਕਾਰ ਨੇ, ਜਿਨ੍ਹਾਂ ਦੇ ਵਿੱਚ ਆਪਣੇ ਬਹੁਤ ਸਾਰੇ ਨਾਂ ਸੁਣੇ ਹੋਣਗੇ, ਜਿਵੇਂ ਫਰੀਦਕੋਟੀ ਟੀਕਾ ਪਹਿਲਾ ਜਿਹੜਾ ਰਾਜਿਆਂ ਨੇ ਲਿਖਵਾਇਆ ਸੀਗਾ, ਉਸ ਤੋਂ ਬਾਅਦ ਫਿਰ ਪ੍ਰਿੰਸੀਪਲ ਤੇਜਾ ਸਿੰਘ ਰਾਣੇ,
ਉਹਨਾਂ ਨੇ ਕੁਝ ਗੁਰਬਾਣੀ ਦੇ ਹਿੱਸੇ ਦੀ ਟੀਕਾਕਾਰੀ ਕੀਤੀ। ਭਾਈ ਵੀਰ ਸਿੰਘ ਜੀ, ਭਾਈ ਹਜ਼ਾਰਾ ਸਿੰਘ ਜੀ, ਗਿਆਨੀ ਹੀਰਾ ਸਿੰਘ ਦਰਦ ਜੀ ਨੇ ਕੁਝ ਕੀਤਾ। ਫਿਰ ਕਰਦਿਆਂ ਕਰਦਿਆਂ ਸਾਡੇ ਕੋਲ ਜਿਹੜਾ ਬੜਾ ਸਟੀਕ ਟੀਕਾ ਪ੍ਰੋਫੈਸਰ ਸਾਹਿਬ ਸਿੰਘ ਜੀ ਹਰਾਂ ਦਾ ਆਇਆ। ਪ੍ਰੋਫੈਸਰ ਸਾਹਿਬ ਆਪਣੇ ਆਪਣੇ ਲਿਖਾਵਟਾਂ ਦੇ ਵਿੱਚ ਉਹਦੇ ਬਾਅਦ ਲਿਖਦੇ, ਉਹ ਕਹਿੰਦੇ ਕਿ ਸਿੱਖੀ ਧਾਰਨ ਕਰ ਲਈ ਕੁਛ ਘਰ ਦੇ ਵਿੱਚੋਂ, ਕਿਉਂਕਿ ਮੈਂ ਤਾਂ ਗੈਰ ਸਿੱਖ ਪਰਿਵਾਰ ਵਿੱਚ ਪੈਦਾਇਸ਼ ਹੋਈ ਸੀਗੀ ਅਤੇ ਪਰਿਵਾਰ ਦਾ ਇੱਕ ਮੈਂਬਰ ਐਕਸਟੈਂਡਡ ਫੈਮਿਲੀ ਦੇ ਵਿੱਚੋਂ ਚਾਚਾ ਉਹ ਸਿੱਖ ਬਣ ਗਿਆ ਅਤੇ ਉਹਦੇ ਪ੍ਰਭਾਵ ਹੇਠ ਆ ਕੇ ਸਿੱਖੀ ਆ ਗਈ। ਸਿੱਖੀ ਆ ਗਈ ਅਤੇ ਸੰਸਕ੍ਰਿਤ ਦੇ ਸਕਾਲਰ ਸੀਗੇ, ਪ੍ਰੋਫੈਸਰ ਮਾਸਟਰਸ ਕੀਤੀ ਸੀਗੀ, ਪੜ੍ਹਾਉਂਦੇ ਸੀ ਅਤੇ ਭਾਸ਼ਾਈ ਪੱਖ ਤੋਂ ਕਾਫੀ ਨੌਲੇਜ ਵੀ ਸੀ, ਸ਼ਬਦ ਵੀ ਗੁਰਬਾਣੀ ਵੀ ਪੜ੍ਹਨ ਲੱਗ ਗਏ ਹੌਲੀ ਹੌਲੀ ਸਿੱਖੀ ਦੇ ਚੇਟਕ ਦੇ ਵਿੱਚ। ਅਤੇ ਅਕਸਰ ਜਿਹੜੇ ਜੇ ਕਿਤੇ ਚਾਰ ਵਿਦਵਾਨ ਬੈਠਣੇ ਭਾਸ਼ਾ ਦੇ ਪੱਖ ਤੋਂ, ਲੈਂਗੁਇਸਟਿਕ ਪੱਖ ਤੋਂ, ਅਤੇ ਉਹਨਾਂ ਇੱਕੋ ਹੀ ਗੱਲ ਕਹਿਣੀ, ਗੁਰੂ ਗ੍ਰੰਥ ਸਾਹਿਬ ਹੈ ਤਾਂ ਠੀਕ ਆ ਪਰ ਇਹਦੀ ਇੱਕ ਪੰਕਤੀ ਦਾ ਕੋਈ ਅਰਥ ਹੋਰ ਕਰ ਦਿੰਦਾ, ਦੂਜਾ ਹੋਰ ਕਰ ਦਿੰਦਾ, ਤੀਜਾ ਹੋਰ ਕਰ ਦਿੰਦਾ। ਉਹ ਕਹਿੰਦੇ ਮਹਿਸੂਸ ਹੋਣਾ, ਐਵੇਂ ਹੋ ਨਹੀਂ ਸਕਦਾ, ਇਹ ਗੱਲ ਕੀ ਹੈ, ਇੱਕੋ ਇੱਕੋ ਪੰਕਤੀ। ਮੈਂ ਇੱਕ ਬੜੇ ਵੱਡੇ ਸਕਾਲਰ ਨੂੰ ਸੁਣਿਆ ਪੰਜਾਬੀ ਜ਼ਬਾਨ ਅਤੇ ਗੁਰਬਾਣੀ ਦੇ ਵਿਵੇਚਨਾ ਦੇ ਵਿੱਚ, ਅਤੇ ਉਹ ਜ਼ਿਕਰ ਕਰਦੇ ਕਹਿੰਦੇ ਵੀ ਇੱਕ ਉਹ ਵੀ ਦੌਰ ਸੀਗਾ ਜਦੋਂ ਅਸੀਂ ਜਿੱਡਾ ਕੋਈ ਜਿੰਨੇ ਕੋਈ ਇੱਕ ਪੰਕਤੀ ਦੇ ਵੱਧ ਅਰਥ ਕਰਕੇ ਵਿਖਾਏਗਾ ਉੱਡਾ ਵੱਡਾ ਸਕਾਲਰ ਹੋਏਗਾ। ਉਹਨਾਂ ਨੇ ਦੋ ਚਾਰ ਸ਼ਬਦਾਂ ਦੀ ਜਿਹੜੀ ਹੈ ਤਰਜਮਾਨੀ ਕੀਤੀ, ਉਹ ਕਹਿੰਦੇ ਜਿਵੇਂ ਸ਼ਬਦ ਹੈ ਗਈ ਬਹਾੜ ਬੰਦੀ ਛੋੜ ਨਿਰੰਕਾਰ ਦੁਖਦਾਈ। ਕਹਿੰਦੇ ਕਿ ਗੱਲ ਇਹ ਹੈ ਕਿ ਜਦੋਂ ਆਇਆ ਇਹ ਸ਼ਬਦ ਦੀ ਵਿਆਖਿਆ 'ਚ ਗਈ ਬਹਾੜ, ਕਿਸੇ ਨੇ ਕਿਹਾ ਉਹ ਰੱਬਾ ਉਮਰ ਗਈ ਆ ਬੌਡੀ ਕਰ, ਨਹੀਂ ਤਾਂ ਮੈਂ ਤਾਂ ਮਰ ਗਿਆ, ਇਹ ਅਰਥ ਕਰ ਦਿੱਤੇ। ਗਈ ਬਹਾੜ, ਜੋ ਮੇਰੇ ਕੋਲ ਸੀਗਾ ਉਹ ਮੇਰੇ ਕੋਲੋਂ ਚਲਾ ਗਿਆ, ਉਹ ਮੇਰਾ ਉਹ ਸਰਮਾਇਆ ਵਾਪਸ ਕਰ ਦੇ ਉਸ ਰੂਪ ਦੇ ਵਿੱਚ। ਉਹ ਕਹਿੰਦੇ ਕਿਸੇ ਨੇ ਕਿਹਾ ਨਹੀਂ ਨਹੀਂ ਗਈ ਬਹਾੜ ਭਾਵ ਉਮਰ ਤਾਂ ਗਈ ਤੇਰੀ, ਬੌੜੀ ਕਰ ਨਹੀਂ ਤਾਂ ਅਦਰਵਾਈਜ਼ ਤੂੰ ਰਹਿ ਜਾਏਗਾ। ਉਹ ਕਹਿੰਦਾ ਹੈ ਇਸ ਕਿਸਮ ਦੇ ਅਰਥ ਕਰਨੇ, ਅਤੇ ਲੋਕਾਂ ਨੇ ਕਹਿਣਾ ਵਾਹ ਵਾਹ ਇੱਕ ਪੰਕਤੀ 'ਤੇ ਕਿਆ ਕਮਾਲ ਦੇ ਅਰਥ ਕੀਤੇ। ਪ੍ਰੋਫੈਸਰ ਸਾਹਿਬ ਕਹਿੰਦੇ ਨਹੀਂ, ਮੈਨੂੰ ਲੱਗਾ ਐਸਾ ਨਹੀਂ ਹੋ ਸਕਦਾ, ਬਾਣੀ ਦੀ ਇੱਕ ਸਤਰ ਆ, ਅਰਥ ਵੀ ਇੱਕ ਹੋਣਗੇ। ਮੈਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਅਸੀਂ ਸ਼ਬਦ ਪੜ੍ਹਦੇ ਹਾਂ ਵੀ ਇੱਕਾ ਸ਼ਬਦ ਇੱਕ ਗੁਰ ਇੱਕਾ ਸ਼ਬਦ ਵਿਚਾਰ, ਜਿਹੜੀ ਉਹ ਬਾਤ ਆ ਵੀ ਇੱਕ ਗੁਰ ਇੱਕਾ ਸ਼ਬਦ ਵਿਚਾਰ ਦਾ ਕਾਨਸੈਪਟ ਜਿਹੜਾ ਉਹ ਹੋਣਾ ਚਾਹੀਦਾ ਹੈ। ਖੈਰ ਉਹ ਕਹਿੰਦੇ ਬਾਤ ਇਹ ਹੋਈ ਕਿ ਐਸਾ ਸੋਚਦਿਆਂ ਸੋਚਦਿਆਂ ਬਾਣੀ ਪੜ੍ਹ ਰਿਹਾ ਵਾਂ, ਸਿੱਖੀ ਦੀ ਥੋੜ੍ਹੀ ਬਹੁਤੀ ਐਕਸਰਸਾਈਜ਼ ਪ੍ਰੈਕਟਿਸ ਵੀ ਕਰ ਰਿਹਾ ਵਾਂ, ਕਿਤੇ ਇੱਕ ਦਿਨ ਅਖੰਡ ਪਾਠ ਸਾਹਿਬ ਦੀ ਰੋਲ 'ਤੇ ਬੈਠਾ ਵਾਂ, ਅਤੇ ਰੋਲ 'ਤੇ ਬੈਠਿਆ ਹੋਇਆ ਪਾਠ ਕਰਦਿਆਂ ਸ਼ਬਦਾਂ ਨੂੰ ਪੜ੍ਹ ਰਿਹਾ ਇਸ ਤਰੀਕੇ ਨਾਲ, ਅਤੇ ਸ਼ਬਦਾਂ ਦੀ ਬਣਤਰ ਅੱਖਾਂ ਦੇ ਸਾਹਮਣੇ ਆ ਰਹੀ ਹੈ। ਬਣਤਰ ਕੀ ਆ ਰਹੀ ਹੈ, ਜਿਵੇਂ ਜਿੱਥੋਂ ਮੈਂ ਬਾਤ ਪ੍ਰਾਰੰਭ ਕਰਨੀ ਚਾਹੁੰਦਾ ਸੀਗਾ, ਸ਼ਬਦ ਹੈ ਜਪ ਮਨ ਸਤਨਾਮ ਸਦਾ ਸਤਨਾਮ। ਹੁਣ ਜਪ ਲਫਜ਼ ਆਇਆ, ਜਪ ਦੇ ਪੱਪੇ ਨੂੰ ਪਈ ਹੈ ਸਿਹਾਰੀ, ਕਿਤੇ ਜਪ ਲਫਜ਼ ਆਇਆ ਉਹਦੇ ਪੱਪੇ ਨੂੰ ਆ ਗਈ ਔਂਕੜ, ਕਿਤੇ ਜਪ ਸ਼ਬਦ ਆਇਆ ਉਹ ਆ ਗਿਆ ਮੁਕਤਾ ਪੱਪਾ ਉਹਦਾ। ਉਹ ਕਹਿੰਦੇ ਜਦੋਂ ਇਸ ਤਰੀਕੇ ਨਾਲ ਮੈਂ ਸ਼ਬਦਾਂ ਦੀ ਬਣਤਰ ਦੇਖੀ, ਮੇਰੇ ਜ਼ਹਿਨ 'ਚ ਕਿਸੇ ਚੀਜ਼ ਨੇ ਕਲਿੱਕ ਕੀਤਾ ਵੀ ਇਹ ਬੋਲੇ 'ਤੇ ਜਾ ਰਹੇ ਨੇ ਲਫਜ਼। ਜਿਵੇਂ ਸਪੋਜ਼ ਕਰੋ ਇੱਕੋ ਓਂਕਾਰ ਸਤਨਾਮ, ਹੁਣ ਸਤਨਾਮ ਦੇ ਮੰਮੇ ਨੂੰ ਔਂਕੜ ਪਈ, ਸਤਨਾਮ ਉਹ ਨਹੀਂ ਪੜ੍ਹਦੇ ਅਸੀਂ। ਉਹ ਕਹਿੰਦੇ ਇਹ ਜਿਹੜੀ ਔਂਕੜ ਆ ਇਹ ਕੁਝ ਕਹਿ ਤਾਂ ਨਹੀਂ ਰਹੀ, ਇੱਥੋਂ ਜਦੋਂ ਉਸ ਤਰੀਕੇ ਨਾਲ ਚੇਟਕ ਲੱਗੇ, ਪਕੜ ਕਰਨ ਲੱਗੇ, ਸਮੁੱਚੀ ਗੁਰਬਾਣੀ ਵਿਆਕਰਨ ਸਮਝ ਆ ਗਏ। ਜਦੋਂ ਫਿਰ ਗ੍ਰੈਮੈਟੀਕਲ ਵੇ ਦੇ ਨਾਲ ਉਹਨਾਂ ਸ਼ਬਦਾਂ ਦੀ ਵਿਵੇਚਨਾ ਜਦੋਂ ਤਰਜਮਾਨੀ ਕੀਤੀ, ਪਤਾ ਲੱਗਾ ਇਹ ਤਾਂ ਇੱਕੋ ਸੰਦੇਸ਼ ਹੈ, ਇਹਦੀ ਤਾਂ ਬਿਲਕੁਲ
ਕੋਈ ਜਿਹੜਾ ਹੈਗਾ ਸੱਜੇ ਖੱਬੇ ਕੋਈ ਇਹੋ ਜਿਹੀ ਬਾਤ ਨਹੀਂ ਹੈ ਅਤੇ ਬਿਲਕੁਲ ਸਿੱਧੀ ਧਾਰਾ ਦੇ ਵਿੱਚ ਜਿਹੜੀ ਸਾਰੇ ਦੀ ਸਾਰੀ ਗੁਰਬਾਣੀ ਦੀ ਵਿਚਾਰ ਸਾਨੂੰ ਬਿਆਨ ਕੀਤੀ ਗਈ ਹੈ। ਫਿਰ ਉਹਨੂੰ ਤੁਸੀਂ ਹੋਰ ਇੱਕ ਡੀਪ ਲੈਵਲ 'ਤੇ ਲੈ ਆਓ। ਹੁਣ ਅਸੀਂ ਅੱਜ ਇੱਥੇ ਜਿਹੜੇ ਮੁਲਕਾਂ 'ਚ ਰਹਿ ਰਹੇ ਹਾਂ, ਭਾਸ਼ਾਈ ਪੱਖ ਤੋਂ, ਲੈਂਗੁਏਜ ਦੇ ਪੱਖ ਤੋਂ ਬੱਚੇ ਬੜਾ ਡੀਪ ਲੈਵਲ 'ਤੇ ਸਟੱਡੀ ਕਰਦੇ ਨੇ। ਉਹਨਾਂ ਨੂੰ ਪਤਾ ਹੈ, ਅੰਗਰੇਜ਼ੀ ਦਾ ਲਫ਼ਜ਼ ਯੂਜ਼ ਕੀਤਾ ਪਾਰਟ ਆਫ ਸਪੀਚ। ਪਾਰਟ ਆਫ ਸਪੀਚ ਹੁੰਦਾ ਕਿ ਜਿਹੜਾ ਕੋਈ ਲਫ਼ਜ਼ ਅਲਫਾਜ਼ ਆ ਇਹਦੇ ਅਰਥ ਦੇ ਜਿਹੜੇ ਹੋਣਗੇ ਹੋਣਗੇ, ਉਹਦੀ ਇੱਕ ਆਪਣੀ ਸ਼੍ਰੇਣੀ ਹੈ। ਸ਼੍ਰੇਣੀ ਇਹ ਹੈ, ਪਤਾ ਕਰੋ ਉਹ ਜਿਹੜਾ ਸ਼ਬਦ ਅਸੀਂ ਪੜ੍ਹ ਰਹੇ ਹਾਂ ਇਹ ਨਾਮ ਆ, ਭਾਵ ਇਹ ਨਾਊਨ ਆ, ਇਹ ਪੜਨਾਮ ਆ, ਇਹ ਪ੍ਰਨਾਊਨ ਆ, ਇਹ ਵਰਬ ਆ, ਇਹ ਕਿਰਿਆ ਆ, ਇਹ ਜਿਹੜਾ ਹੈਗਾ ਐਡਜੈਕਟਿਵ ਹੈ, ਵਿਸ਼ੇਸ਼ਣ ਆ, ਇਹ ਕਿਰਿਆ ਵਿਸ਼ੇਸ਼ਣ ਆ, ਇਹ ਕਾਰਕੀ ਤੱਤ ਆ, ਇਹ ਕੀ ਹੈ, ਤਾਂ ਕਿ ਉਸ ਲਾਈਨ ਨੂੰ ਸਹੀ ਢੰਗ ਨਾਲ ਸਮਝਣ ਵਾਸਤੇ ਉਹਦੀ ਸ਼੍ਰੇਣੀ ਨੂੰ ਸਮਝ ਕੇ ਅਸੀਂ ਬਾਤ ਅੱਗੇ ਤੋਰ ਸਕੀਏ। ਇਹ ਜਿਹੜੀਆਂ ਚੀਜ਼ਾਂ ਨੇ ਇਹ ਤੁਹਾਨੂੰ ਭਾਸ਼ਾਈ ਪੱਖ ਤੋਂ ਜਿਵੇਂ ਜਿਵੇਂ ਸਮਝ ਆਉਂਦੀਆਂ ਥੋੜ੍ਹੀਆਂ ਥੋੜ੍ਹੀਆਂ, ਤੁਹਾਨੂੰ ਸ਼ਬਦਾਂ ਦੇ ਵਿੱਚ ਪਏ ਹੋਏ ਭਾਵ ਸਮਝ ਆਉਂਦੇ, ਅਰਥ ਸਮਝ ਆਉਂਦੇ। ਹੁਣ ਜਿਵੇਂ ਆਹੀ ਸ਼ਬਦ ਆਇਆ ਜਪ ਮਨ ਸਤਿਨਾਮ ਸਦਾ ਸਤਿਨਾਮ, ਪਹਿਲੀ ਵਾਰ ਤੁਸੀਂ ਜਪ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਦੋਂ ਮੂਲ ਮੰਤਰ ਦਾ ਪਾਠ ਪੜ੍ਹਦੇ ਹੋ ਤਾਂ ਮੂਲ ਮੰਤਰ ਇੱਥੇ ਸਮਾਪਤ ਹੁੰਦਾ ਗੁਰਪ੍ਰਸਾਦ, ਅੱਗੇ ਲਫ਼ਜ਼ ਆਉਂਦਾ ਜਪ। ਕਦੀ ਤੁਸੀਂ ਸ਼ਬਦ ਖੁਦ ਦੇਖਿਓ, ਅੱਖਰ ਜਿਹੜਾ ਲਿਖਿਆ ਹੋਇਆ ਗੁਟਕੇ ਦੇ ਉੱਤੇ ਉਹਦੇ ਪੱਪੇ ਨੂੰ ਔਂਕੜ ਪਈ ਹੈਗੀ ਹੈ, ਇਹਦਾ ਮਤਲਬ ਸਿੱਧੇ ਤੌਰ 'ਤੇ ਹੈ ਕਿ ਇਹਨੂੰ ਜਪੂ ਤਾਂ ਨਹੀਂ ਪੜ੍ਹਿਆ ਜਾ ਰਿਹਾ, ਪਰ ਜਿਹੜੀ ਔਂਕੜ ਆ ਉਹ ਕੁਝ ਦੱਸ ਰਹੀ ਹੈ। ਹੁਣ ਜੇ ਗ੍ਰੈਮੈਟੀਕਲ ਤਵਾਜਨ ਵਿੱਚ ਦੇਖਦੇ ਹਾਂ ਤਾਂ ਔਂਕੜ ਇਹ ਦੱਸ ਰਹੀ ਹੈ, ਇਹ ਜੋ ਚੀਜ਼ ਇੱਥੇ ਲਿਖੀ ਗਈ ਹੈ ਪਹਿਲੇ ਨਾਮ ਪਹਿਲੇ ਲੈਵਲ 'ਤੇ ਇਹ ਨਾਮ ਆ, ਨਾਊਨ ਆ, ਦੂਸਰੇ ਲੈਵਲ 'ਤੇ ਸਿੰਗੂਲਰ ਆ, ਅਤੇ ਤੀਸਰੇ ਲੈਵਲ 'ਤੇ ਪੁਲਿੰਗ ਆ, ਇਹ ਜਿਹੜੀ ਹੈ ਇਹ ਮੈਸਕੁਲਨ ਜੈਂਡਰ ਦੀ ਜਿਹੜੀ ਰਿਪ੍ਰਜੈਂਟੇਸ਼ਨ ਕਰ ਰਹੀ ਹੈ। ਤਿੰਨ ਕੰਡੀਸ਼ਨਸ ਪੂਰੀਆਂ ਹੋ ਗਈਆਂ, ਔਂਕੜ ਲੱਗ ਗਏ। ਹੁਣ ਇਹ ਇੱਥੋਂ ਸਿੱਧੇ ਤੌਰ 'ਤੇ ਹੋ ਗਿਆ ਅਗਲੀ ਬਾਣੀ ਦਾ ਇਹ ਸਿਰਨਾਵਾ ਆ, ਇਹਦੇ ਇੱਕ ਅਰਥ ਵੀ ਨੇ। ਅਰਥ ਇਹ ਨੇ, ਜਪ ਦਾ ਮਾਇਨਾ ਇਹ ਹੈ ਜਿਹਨੂੰ ਅਸੀਂ ਰੈਪੀਟੇਸ਼ਨ ਕਹਿ ਦਿੰਦੇ ਹਾਂ, ਜਿਹਨੂੰ ਅਸੀਂ ਚੈਂਟਿੰਗ ਕਹਿ ਦਿੰਦੇ ਹਾਂ, ਜਿਹਨੂੰ ਅਸੀਂ ਮੈਡੀਟੇਸ਼ਨ ਕਹਿ ਦਿੰਦੇ ਹਾਂ, ਮਕੈਨੀਕਲ ਸਾਈਡ 'ਤੇ ਨਹੀਂ, ਰਿਐਲਿਟੀ ਦੇ ਸਾਈਡ 'ਤੇ। ਮੈਂ ਇਹਦੇ ਬਾਰੇ ਵੀ ਛੋਟੀ ਜਿਹੀ ਇਗਜ਼ਾਮਪਲ ਕਰਕੇ ਫਿਰ ਬਾਤ ਅੱਗੇ ਤੋਰਦਾ ਹਾਂ। ਕਈ ਵਾਰ ਚੀਜ਼ਾਂ ਹੁੰਦੀਆਂ ਨੇ, ਸਾਡੇ ਇੱਥੇ ਬੜੇ ਸੂਝਵਾਨ ਡਾਕਟਰ ਹੁੰਦੇ ਸੀਗੇ, ਅੱਜ ਕੱਲ੍ਹ ਸਟੇਟ ਮੂਵ ਕਰ ਗਏ ਨੇ ਉਹ, ਅਤੇ ਬੜਾ ਲੰਬਾ ਸਮਾਂ ਇੱਥੇ ਡਾਕਟਰੀ ਦੀ ਪ੍ਰੈਕਟਿਸ ਕੀਤੀ ਉਹਨਾਂ ਨੇ, ਅਤੇ ਉਹਨਾਂ ਦਾ ਬੇਟਾ ਸੀਗਾ ਉਹ ਵੀ ਮੈਡੀਕਲ ਪੜ੍ਹਨ ਲੱਗ ਗਿਆ, ਮੁੜ ਕੇ ਮੈਡੀਕਲ ਸਾਈਡ 'ਤੇ ਪੜ੍ਹਾਈ, ਡਾਕਟਰ ਬਣ ਗਿਆ ਉਸ ਰੂਪ ਦੇ ਵਿੱਚ। ਅਤੇ ਉਹ ਹੋਇਆ ਇਹ ਕਿ ਉਹ ਮੈਨੂੰ ਇੱਕ ਦਿਨ ਦੱਸਦੇ, ਕਹਿੰਦੇ ਗੁਲਜ਼ਾਰ ਸਿੰਘ ਗੱਲ ਇਹ ਹੈਗੀ ਹੈ ਕਿ ਬੇਟਾ ਪਿਛਲੇ ਦਿਨਾਂ 'ਚ ਆਮ ਕਰਕੇ ਤਾਂ ਬੜਾ ਪਿਆਰਾ ਆ, ਮੈਂ ਖੁਦ ਬੜਾ ਮਿਲਿਆ ਸਾਂਝ ਆ ਮੇਰੀ ਉਸ ਤਰੀਕੇ ਨਾਲ, ਕਹਿੰਦੇ ਮੈਨੂੰ ਕਹਿੰਦਾ ਹੈ ਵੀ ਮੋਮ ਉਹਨੇ ਵਨ ਸਾਈਡ ਯੂਅਰ ਡਾਕਟਰ, ਯੂਅਰ ਵੈਰੀ ਸਮਾਰਟ ਲੇਡੀ, ਯੂਅਰ ਸੋ ਮੱਚ ਐਕਚੁਲੀ ਇੰਟੈਲੀਜੈਂਟ, ਬਟ ਦ ਸੇਮ ਟਾਈਮ ਆਈ ਥਿੰਕ ਯੂਅਰ ਸੋ ਡਮ ਟੂ, ਯੂ ਈਵਨ ਡੋਂਟ ਨੋ ਵਟਸ ਰਿਟਨ ਇਨ ਦਿਸ ਬੁੱਕ, ਗੁਟਕਾ ਸਾਹਿਬ ਨੂੰ ਕਹਿ ਰਿਹਾ ਹੋ, ਯੂ ਰੀਡ ਐਵਰੀ ਡੇ ਸੇਮ ਬੁੱਕ, ਯੂ ਹੈਵਨਟ ਅੰਡੀ ਅੰਡਰਸਟੂਡ ਅੰਟਿਲ ਨਾਓ। ਉਹ ਕਹਿੰਦੀ ਮੇਰੇ ਨਿਤਨੇਮ 'ਤੇ ਕਹਿੰਦਾ ਵੀ ਤੂੰ ਕਹਿਸੀ ਕਿ ਤੈਨੂੰ ਵੈਸੇ ਤੂੰ ਡਾਕਟਰ ਆ ਅਤੇ ਤੂੰ ਰੋਜ਼ ਉਹੀ ਗੁਟਕਾ ਫੜ ਕੇ ਬਹਿ ਜਾਂਦੀ ਹੈ ਅਤੇ ਪੜ੍ਹੀ ਜਾਂਦੀ ਹੈ ਪੜ੍ਹੀ ਜਾਂਦੀ ਹੈ ਪੜ੍ਹੀ ਜਾਂਦੀ ਹੈ, ਇਹ ਕੀ ਬਾਤ ਹੋਈ। ਉਹ ਕਹਿੰਦੀ ਆਈ ਡੋਂਟ ਹੈਵ ਐਨੀ ਆਨਸਰ, ਸੋ ਕੈਨ ਯੂ ਟੈਲ ਮੀ ਐਕਚੁਲੀ ਵਟ ਸ਼ੁੱਡ ਆਈ ਆਨਸਰ, ਮੈਨੂੰ ਆਨਸਰ ਕੀ ਕਰਨਾ ਚਾਹੀਦਾ ਹੈਗਾ। ਮੈਂ ਕਿਹਾ ਜੀ ਕੋਈ ਗੱਲ ਨਹੀਂ, ਕਿਸੇ ਦਿਨ ਬੈਠਾਂਗੇ, ਗੱਲਬਾਤ ਕਰਾਂਗੇ, ਤੁਸੀਂ ਅਜੇ ਗੱਲ ਸੁਣ ਲਈ, ਤੁਸੀਂ ਕਿਹਾ ਹਾਂ ਮੈਂ ਸੁਣ ਲਈ ਗੱਲ ਤੇਰੀ, ਕੋਈ ਨਾ ਮੈਂ ਜਵਾਬ ਤੈਨੂੰ, ਕਹਿੰਦੀ ਮੈਂ ਤੈਨੂੰ ਕਿਹਾ ਮੈਂ ਜਵਾਬ ਦਿਆਂਗੀ, ਮੈਂ ਕਿਹਾ ਕੋਈ ਗੱਲ ਨੂੰ ਕੋਈ ਵੇਟ ਕਰ ਜਵਾਬ ਦਿਆਂਗੇ ਤੈਨੂੰ, ਵਕਤ ਆਪਣੀ ਜਾਚੇ ਬਤੀਤ ਹੋਇਆ। ਖੈਰ ਹੌਲੀ ਹੌਲੀ ਕਰਦੇ ਹਾਂ, ਉਹ ਖੁਦ ਜਿਹੜਾ ਹੈਗਾ ਰੈਜ਼ੀਡੈਂਸੀ ਕਰਨ ਲੱਗ ਗਿਆ। ਜਦੋਂ ਰੈਜ਼ੀਡੈਂਸੀ ਕਰਨ ਲੱਗ ਗਿਆ
ਰੈਜ਼ੀਡੈਂਸੀ ਕਰਨ ਦੇ ਦੌਰਾਨ ਜਿਹੜਾ ਉਹਦਾ ਸੁਪਰਵਾਈਜ਼ਰ ਡਾਕਟਰ ਸੀਗਾ ਕਹਿ ਲਓ, ਉਹਨੇ ਉਹਨੂੰ ਕੁਝ ਹਾਰਡ ਟਾਈਮ ਦਿੱਤਾ, ਹਾਰਡ ਟਾਈਮ ਦਿੱਤਾ ਤਾਂ ਇੱਕ ਦਿਨ ਉਹ ਆਪਣਾ ਪੇਸ਼ੈਂਸ ਲੂਜ਼ ਕਰ ਗਿਆ। ਹੁਣ ਮੈਡੀਕਲ ਪ੍ਰੋਫੈਸ਼ਨਲ 'ਚ ਪ੍ਰੋਫੈਸ਼ਨ 'ਚ ਬੰਦਾ ਪੇਸ਼ੈਂਸ ਲੂਜ਼ ਕਰ ਗਿਆ, ਥੋੜ੍ਹਾ ਕੰਮ ਖਰਾਬ ਹੋ ਗਿਆ ਇਸ ਤਰੀਕੇ ਦੇ ਨਾਲ। ਅਤੇ ਖੈਰ ਉਹ ਆ ਕੇ ਮਾਂ ਨੂੰ ਪੁੱਛਦਾ ਵੀ ਇਸ ਤਰੀਕੇ ਦੇ ਨਾਲ ਮੈਂ ਹਾਲਾਤ ਖਰਾਬ ਹੋ ਗਏ ਇਸ ਢੰਗ ਨਾਲ, ਅਤੇ ਮਾਂ ਕਹਿੰਦੀ ਵੀ ਉਹ ਤਾਂ ਠੀਕ ਆ, ਆਪਾਂ ਪ੍ਰੋਪਰ ਚੈਨਲ ਨਾਲ ਜਾ ਕੇ ਕੁਝ ਗੱਲਬਾਤ ਕਰਦੇ, ਪਰ ਵਾਈ ਡਿਡ ਯੂ ਲੂਜ਼ ਯੂਰ ਪੇਸ਼ੈਂਸ? ਉਹ ਕਹਿੰਦਾ ਹੈਵ ਨੋ ਕਲੂ। ਉਹ ਖੈਰ ਉਹਨਾਂ ਨੇ ਮੇਰੀ ਵੀ ਇੰਟਰਵੈਂਸ਼ਨ ਹੋਈ ਥੋੜ੍ਹੀ ਜਿਹੀ, ਉਹ ਜਦੋਂ ਇੰਟਰਵੈਂਸ਼ਨ ਹੋਈ ਤਾਂ ਬਾਅਦ ਉੱਥੇ ਤੁਰੀ, ਅਤੇ ਮੈਂ ਕਿਹਾ ਵੀ ਤੂੰ ਇੱਕ ਦਿਨ ਮਾਂ ਨੂੰ ਪੁੱਛ ਰਿਹਾ ਸੀਗਾ ਕਿ ਮਾਂ ਵੈਸੇ ਤੂੰ ਬੜੀ ਸਮਾਰਟ ਆ ਅਤੇ ਤੂੰ ਰੋਜ਼ ਸੇਮ ਹੀ ਬੁੱਕ ਪੜ੍ਹੀ ਜਾਂਦੀ ਹੈ, ਚੱਕਰ ਕੀ ਹੈ? ਮੈਂ ਕਿਹਾ ਤੇਰੀ ਮਾਂ ਉਦੋਂ ਦੱਸ ਨਹੀਂ ਪਾਈ ਤੈਨੂੰ, ਮੈਂ ਦੱਸਦਾ ਹਾਂ ਤੈਨੂੰ। ਕੁਛ ਚੀਜ਼ਾਂ ਐਸੀਆਂ ਨੇ ਜਿਹੜੀਆਂ ਰੂਟੀਨ ਦੇ ਵਿੱਚ ਆਪਣੇ ਆਪ ਨੂੰ ਦੱਸਣੀਆਂ ਹੁੰਦੀਆਂ ਨੇ ਐਵਰੀ ਡੇ, ਅਦਰਵਾਈਜ਼ ਤੁਹਾਨੂੰ ਕੁਛ ਮਤਲਬ ਐਸੀ 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 ਰਿਐਲਿਟੀ ਹੈ। ਅਸੀਂ ਤਾਂ ਹੁਣ ਇਹਨਾਂ ਮੁਲਕਾਂ ਦੇ ਵਿੱਚ ਰਹਿ ਰਹੇ ਹਾਂ, ਆਪ ਦੇਖੋ ਜਿੰਨਾ ਕੋਈ ਔਖਾ ਪ੍ਰੋਫੈਸ਼ਨ ਆ ਉਹਦੀ ਰਿਫਰੈਸ਼ਮੈਂਟ ਜਿਹੜੀ ਹੈ, ਰਿਫਰੈਸ਼ਮੈਂਟ ਕੋਰਸਿਸ ਜਿਹੜੇ ਨੇ ਉਨੇ ਅਸੈਂਸ਼ੀਅਲ ਨੇ, ਉਨੇ ਜ਼ਰੂਰੀ ਨੇ। ਮੈਂ ਖੁਦ ਕਾਉਂਸਲਿੰਗ ਦੇ ਵਿੱਚ ਹਾਂ, ਸਾਲਾਨਾ ਸਾਨੂੰ 40 ਆਵਰ 40 ਆਵਰਸ ਯੂਨੀਵਰਸਿਟੀ ਸਟੱਡੀਜ਼ ਦੇ ਚਾਹੀਦੇ ਨੇ, 40 ਆਵਰਸ। ਅਤੇ 40 ਆਵਰ ਯੂਨੀਵਰਸਿਟੀ ਸਟੱਡੀ ਦਾ ਮਤਲਬ ਸਮਝੋ ਕਿ ਪੂਰਾ ਸਾਲ ਹੀ ਪੜ੍ਹਨਾ ਪਏਗਾ, ਟਨਸ ਆਫ ਬੁੱਕਸ ਪੜ੍ਹਨੀਆਂ ਪੈਣਗੀਆਂ, ਰਿਫਰੈਸ਼ਮੈਂਟ ਕੋਰਸਿਸ ਹੋਣਗੇ, ਟ੍ਰੇਨਿੰਗ ਹੋਏਗੀ, ਇਹਦੇ ਥਰੂ ਜਾਣਾ ਪਏਗਾ ਤਾਂ ਕਿ ਸਾਡਾ ਦਿਮਾਗ ਕਿਸੇ ਵੀ ਲੈਵਲ 'ਤੇ ਖਰਾਬ ਨਾ ਹੋਏ, ਸਾਨੂੰ ਪਤਾ ਰਹੇ ਅਸੀਂ ਕੀ ਕਰਨਾ ਆ, ਕਿਸ ਤਰੀਕੇ ਨਾਲ ਕਰਨਾ ਆ, ਕਿ ਸਾਡੀ ਐਕਚੁਅਲ ਲੈਵਲ 'ਤੇ ਰੋਲ ਕੀ ਹੈ ਸਾਡਾ ਇਹਦੇ ਵਿੱਚ। ਜਿਹੜੀ ਜ਼ਿੰਦਗੀ ਹੈ, ਜਿਹੜਾ ਜੀਵਨ ਆਪਣੇ ਆਪ ਦੇ ਵਿੱਚ ਆ, ਇਹਦੇ ਵਿੱਚ ਤੁਸੀਂ ਆਪਣੇ ਆਪ 'ਤੇ ਨਹੀਂ ਕਾਬੂ ਕਰ ਸਕਦੇ। ਸਾਡੇ ਅੰਦਰ ਕਿਹੋ ਜਿਹੇ ਵਿਚਾਰ ਚੱਲਣੇ ਨੇ ਸਵੇਰ ਤੋਂ ਸ਼ਾਮ ਤੱਕ, ਸਾਡਾ ਕੋਈ ਕੰਟਰੋਲ ਨਹੀਂ ਹੈਗਾ। ਆਪਣੇ ਆਪ ਖਿਆਲਾਂ ਦੇ ਪੁਲੰਦੇ ਉੱਗੜ ਰਹੇ ਨੇ, ਆ ਰਹੇ ਨੇ ਫਟਾਫਟ ਉਸ ਰੂਪ ਦੇ ਵਿੱਚ। ਪਤਾ ਨਹੀਂ ਕਿਹੜੇ ਖਿਆਲ ਨੇ ਜ਼ੋਰ ਪਾ ਜਾਣਾ, ਹੋ ਸਕਦਾ ਕੋਈ ਐਸਾ ਖਿਆਲ ਜ਼ੋਰ ਪਾ ਜੇ ਬੰਦਾ ਸਵੇਰ ਤੋਂ ਹੀ ਡਿਪਰੈਸਡ ਹੋ ਕੇ ਬੈਠਾ ਹੈਗਾ, ਗੱਲ ਕੁਛ ਵੀ ਨਹੀਂ, ਅੰਦਰ ਕੋਈ ਖਿਆਲ ਆ ਜਿਹੜਾ ਕਹਿੰਦਾ ਵੀ ਨਹੀਂ ਕੁਛ ਵੀ ਚੰਗਾ ਨਹੀਂ, ਆਹ ਵੀ ਚੰਗਾ ਨਹੀਂ, ਨੈਗੇਟਿਵ ਬੋਲੀ ਜਾ ਰਿਹਾ ਅੰਦਰ, ਕੁਛ ਜ਼ੋਰ ਨਹੀਂ ਗਾ ਉਹਦੇ 'ਤੇ। ਕਈ ਵਾਰ ਐਸਾ ਖਿਆਲ ਆ ਉਹ ਖੁਰਾਫਾਤੀ ਹੈ, ਉਹ ਐਸੀ ਖੁਰਾਫਾਤੀਅਤ ਅੰਦਰ ਪੈਰੇ ਪਾ ਰਿਹਾ ਹੈਗਾ ਕਿ ਮੈਨੂੰ ਕੋਈ ਘਰ ਦੇ ਜੀਅ ਬੁਰੇ ਲੱਗੀ ਜਾਂਦੇ ਨੇ, ਕੋਈ ਬਾਹਰੋਂ ਕੋਈ ਬੰਦਾ ਬੁਰਾ ਲੱਗੀ ਜਾਂਦਾ, ਹਾਲਾਂਕਿ ਮੇਰੇ ਅੰਦਰ ਦੀ ਉਹ ਵਿਚਾਰ ਨੇ, ਅੰਦਰ ਮੇਰੇ ਕੰਟਰੋਲ ਕੋਈ ਨਹੀਂ, ਬਾਹਰ ਕਿਵੇਂ ਕੰਟਰੋਲ ਕਰਾਂਗਾ ਮੈਂ? ਬਾਹਰ ਤਾਂ ਦੁਨੀਆ ਬੜੀ ਵੱਖਰੇ ਵੱਖਰੇ ਕਿਸਮ ਦੀ ਹੈ, ਭਾਂਤ ਭਾਂਤ ਦੇ ਲੋਕ ਮਿਲਦੇ, ਭਾਂਤ ਭਾਂਤ ਦੀਆਂ ਗੱਲਾਂ ਹੁੰਦੀਆਂ, ਫਿਰ ਜ਼ਿੰਦਗੀ ਜੀਣੀ ਤਾਂ ਬੜੀ ਔਖੀ ਹੈ। ਇਸ ਸਾਰੇ ਦੇ ਵਿੱਚ ਮੈਂ ਆਪਣੇ ਆਪ ਨੂੰ ਵਾਰ ਵਾਰ ਦੱਸ ਸਕਾਂ ਵੀ ਅੱਛਾ, ਮੈਂ ਆਪਣੇ ਜੀਵਨ ਦੇ ਵਿੱਚ ਆਪਣਾ ਧੀਰਜ ਨਹੀਂ ਗਵਾਉਣਾ, ਮੈਂ ਆਪਣੀ ਮਤ ਨਹੀਂ ਗਵਾਉਣੀ, ਮੈਂ ਆਪਣੇ ਜੀਵਨ ਦੀ ਸ਼ੁਭਤਾ ਨਹੀਂ ਗਵਾਉਣੀ, ਇਹਦੇ ਵਾਸਤੇ ਤਾਂ ਮੈਨੂੰ ਆਪਣੇ ਆਪ ਨਾਲ ਕੋਈ ਸਪਿਰਚੁਅਲ ਕਮਿਟਮੈਂਟ ਕਰਨਾ ਪਏਗਾ ਨਾ। ਇਹਦੇ ਲਈ ਕੋਈ ਤਰੀਕਾ ਹੈਗਾ? ਇਹੋ ਜਿਹੇ ਬਚਨ ਪੜ੍ਹੇ ਜਾਣ, ਜਤ ਪਹਾਰਾ ਧੀਰਜ ਸੁਨਿਆਰ ਐਰਨ ਮਤ ਵੇਦ ਹਥਿਆਰ। ਹਾਂ, ਸੋਚੀ ਹੋਏ, ਸਮਝ ਹੋਏ ਉਹਦੇ ਵੀ ਮੈਂ ਕੀ ਪੜ੍ਹ ਰਿਹਾ, ਕੀ ਅਲਾਪ ਰਿਹਾ ਵਾਂ। ਇਹ ਹੈ ਜਪ, ਇਹੋ ਜਿਹਾ ਜਪ ਮੁਸਲਸਲ ਲਗਾਤਾਰਤਾ ਦੇ ਨਾਲ। ਮੈਂ ਬੱਚੇ ਦੀ ਬਾਤ ਕੀਤੀ, ਵੈਨ ਹੀ ਵਾਜ਼ ਗੋਇੰਗ ਥਰੂ ਵਿਦ ਦਿਸ ਐਕਚੁਲੀ ਹਾਰਡ ਟਾਈਮ, ਮੋਮ ਵਾਜ਼ ਸੋ ਅਪਸੈਟ, ਆਈ ਵਾਜ਼ ਟੈਲਿੰਗ ਹਰ ਨੋ ਦਿਸ ਇਜ਼ ਗੁੱਡ ਟਾਈਮ, ਵੀ ਗੋਨਾ ਟੀਚ ਹਿਮ ਵੈਰੀ ਗੁੱਡ ਥਿੰਗ। ਉਹ ਕਹਿੰਦੀ ਵਟ? ਮੈਂ ਉਹਨੂੰ ਦੱਸੀ ਸਾਰੀ ਬਾਤ, ਉਹ ਕਹਿੰਦਾ ਹਾਂ ਹੁਣ ਮੈਨੂੰ ਪਤਾ ਲੱਗਾ ਕਿ ਮਾਂ ਦੇ 'ਚ ਪੇਸ਼ੈਂਸ ਕਿਵੇਂ ਰਿਹਾ ਇਸ ਤਰੀਕੇ ਦੇ ਨਾਲ, ਕਿਉਂਕਿ ਲਗਾਤਾਰ ਆਪਣੇ ਆਪ ਨੂੰ ਕੁਝ ਵਿਚਾਰ ਖਿਆਲ ਦੁਸਤਗੀ ਨਾਲ ਦੱਸਣੇ। ਸੋ ਜਪ ਦਾ ਮਤਲਬ ਸਿੰਪਲ ਲੈਵਲ 'ਤੇ ਇਹ ਕਹਿ ਲਓ ਕਿ ਇੱਕ ਐਸਾ ਜਿਹੜਾ ਜੀਵਨ ਦਾ ਹਿੱਸਾ ਜਿਹਦੇ ਵਿੱਚ ਕੁਝ ਚੀਜ਼ਾਂ ਵਾਰ ਵਾਰ ਦੁਹਰਾਈਆਂ ਜਾਣ। ਇੱਥੇ ਜਿਹੜਾ
ਜੇ ਮੈਂ ਬਾਤ ਕਰ ਰਿਹਾ ਸੀਗਾ ਕਿ ਗੁਰਪ੍ਰਸਾਦ ਤੋਂ ਬਾਅਦ ਲਫਜ਼ ਜਪ ਆਇਆ ਔਂਕੜ ਦੇ ਨਾਲ, ਇਹਦਾ ਜੋ ਮਾਇਨਾ ਇੱਥੇ ਬਣ ਰਿਹਾ, ਥੋੜ੍ਹਾ ਜਿਹਾ ਅੱਗੇ ਜਪਜੀ ਸਾਹਿਬ 'ਚ ਹੀ ਆ ਜਾਓ। ਅਸੀਂ ਬਚਨ ਪੜ੍ਹਦੇ ਹਾਂ, ਅਸੰਖ ਜਪ ਅਸੰਖ ਭਾਓ, ਅਸੰਖ ਪੂਜਾ ਅਸੰਖ ਤਪਤਾਓ। ਕਦੀ ਉੱਥੇ ਪਾਠ ਦੇਖਿਓ, ਜੇ ਉੱਥੇ ਜਪ ਦੇ ਪੱਪੇ ਨੂੰ ਔਂਕੜ ਨਹੀਂ ਹੈ, ਮੁਕਤਾ ਜਪ ਬਿਲਕੁਲ ਜਿਹੜਾ ਹੈਗਾ ਬਿਨਾਂ ਮਾਤਰੇ ਤੋਂ ਲਿਖਿਆ ਗਿਆ। ਇਹਦਾ ਮਾਇਨਾ ਟੋਟਲੀ ਡਿਫਰੈਂਟ ਹੈ ਪਹਿਲੇ ਜਪ ਨਾਲੋਂ। ਇੱਥੇ ਵੀ ਉਹ ਨਾਊਨ ਐਕਟ ਕਰਦਾ, ਇੱਥੇ ਵੀ ਉਹ ਐਜ਼ ਏ ਕਰਤਾ ਕਾਰਕ ਦੇ ਰੂਪ ਵਿੱਚ ਐਕਟ ਕਰ ਰਿਹਾ ਉਸ ਰੂਪ ਦੇ ਵਿੱਚ, ਪਰ ਸੱਚਾਈ ਇਹ ਹੈ ਕਿ ਉਹ ਜਦੋਂ ਐਕਟ ਕਰ ਰਿਹਾ ਹੈ ਉਹ ਸਿੰਗੂਲਰ ਨਹੀਂ ਪਲੂਰਲ ਆ। ਉੱਥੇ ਇੱਕ ਜਪ ਚੈਂਟਿੰਗ ਦੇ ਉਸ ਐਕਟ ਦੀ ਗੱਲ ਨਹੀਂ ਹੋ ਰਹੀ, ਇੱਥੇ ਗੱਲ ਹੋ ਰਹੀ ਹੈ ਜਪਣ ਵਾਲਿਆਂ ਦੀ, ਆਰਾਧਨ ਵਾਲਿਆਂ ਦੀ, ਧਿਆਉਣ ਵਾਲਿਆਂ ਦੀ। ਬੰਦੇ ਦਾ ਜਦੋਂ ਕਿਤੇ ਦਿਮਾਗ ਖਰਾਬ ਹੋਏ ਨਾ ਕਿ ਮੇਰੇ ਤੋਂ ਵੱਡਾ ਤਾਂ ਭਜਨੇਕ ਹੀ ਕੋਈ ਨਹੀਂ ਹੈਗਾ, ਮੈਂ ਤਾਂ ਬੜਾ ਜਪੀ ਤਪੀ ਬੰਦਾ, ਮੈਂ ਤਾਂ ਰੱਬ ਦਾ ਨਾਮ ਬੜਾ ਲਾਪਦਾ, ਗੁਰੂ ਨਾਨਕ ਸਾਹਿਬ ਨੇ ਬਾਤ ਕੀਤੀ, ਤੇਰੀ ਗਿਣਤੀ ਵੀ ਨਹੀਂ ਕੀਤੀ ਜਾ ਸਕਦੀ। ਅਸੰਖ ਜਪ, ਕੋਈ ਪਤਾ ਥੋੜ੍ਹਾ ਹੈ ਧਰਤੀ ਦੇ ਉੱਤੇ ਕਿਤਨੇ ਲੋਕ ਉਸ ਕਰਤੇ ਦੀ ਆਰਾਧਨਾ ਦੇ ਵਿੱਚ ਲੱਗੇ ਹੈਗੇ ਨੇ। ਸੋ ਇੱਥੋਂ ਇਹ ਬਾਤ ਜਿਹੜੀ ਹੈ ਜਪ ਦੇ ਰੂਪ ਵਿੱਚ ਉਸ ਤਰੀਕੇ ਨਾਲ ਦੂਜੀ ਵਾਰ ਅਸੀਂ ਪੜ੍ਹਦੇ ਹਾਂ। ਹੁਣ ਜਿਹੜਾ ਆਹ ਸ਼ਬਦ ਆਇਆ ਹੈ ਜਪ ਮਨ ਸਤਿਨਾਮ ਸਦਾ ਸਤਿਨਾਮ, ਇਹ ਜਪ ਲਫਜ਼ ਨਾਉਣ ਨਹੀਂ ਕਿਰਿਆ ਆ, ਇਹਦੇ 'ਚ ਜਿਹੜਾ ਐਡਰੈਸ ਕੀਤਾ ਗਿਆ ਮਨ ਨੂੰ ਕੀਤਾ ਗਿਆ, ਕੋਈ ਮਨ ਦਾ ਨੰਨਾ ਮੁਕਤਾ ਹੈ ਇੱਥੇ। ਇਹ ਕਿਹਾ ਗਿਆ ਹੇ ਮੇਰੇ ਮਨ, ਆਪਣੇ ਆਪ 'ਤੇ ਗੁਰੂ ਰਾਮਦਾਸ ਬਾਤ ਚੁਕਾਉਂਦੇ, ਆਹ ਕਿਰਿਆ ਕਰ, ਆਹ ਕੰਮ ਕਰ, ਆਹ ਕਾਰਗੁਜ਼ਾਰੀ ਕਰਨ ਵਾਲੀ ਹੈ ਜਪ ਮਨ, ਹੇ ਮੇਰੇ ਮਨ ਆਹ ਆਰਾਧਨ ਕਰ, ਆਹ ਜਪਨ ਕਰ। ਹੁਣ ਜੇ ਮਨ ਪੁੱਛੇ ਕਾਹਦਾ ਜਪਨ ਕਰਨਾ, ਬਾਬਾ ਜੀ ਨੇ ਕਿਹਾ ਸਤਿਨਾਮ ਸਦਾ ਸਤਿਨਾਮ। ਹੁਣ ਇਹਨੂੰ ਧਿਆਨ ਨਾਲ ਦੇਖਣਾ, ਦੇਖੋ ਫਿਰ ਮੈਂ ਬੇਨਤੀ ਕਰ ਰਿਹਾ ਕਿ ਇਹ ਲਫਜ਼ ਅਲਫਾਜ਼ ਨੇ, ਇਹਨਾਂ ਨੂੰ ਫੜਾਂਗੇ ਚੀਜ਼ ਪਕੜੇ ਜਾਏਗੀ। ਹੁਣ ਸਤਿਨਾਮ ਸਦਾ ਸਤਿਨਾਮ, ਇਹਦਾ ਮਾਇਨਾ ਇਸ ਰੂਪ ਦੇ ਵਿੱਚ ਆ, ਨਾਮ ਪਹਿਲੇ ਲੈਵਲ 'ਤੇ ਇਹ ਸਮਝਿਆ ਜਾਏ। ਨਾਮ ਮਲਟੀ ਮੀਨਿੰਗਸ ਦੇ 'ਚ ਗੁਰੂ ਗ੍ਰੰਥ ਸਾਹਿਬ 'ਚ ਯੂਜ਼ ਹੋਇਆ ਹੈਗਾ। ਜੇ ਇੱਥੇ ਇਸ ਹਿਸਾਬ ਨਾਲ ਦੇਖਦੇ ਹੈਗੇ ਹਾਂ, ਨਾਮ ਦੀ ਸਿੰਪਲ ਟ੍ਰਾਂਸਲੇਸ਼ਨ ਹੁੰਦੀ ਹੈ ਐਗਜ਼ਿਸਟੈਂਸ। ਇਹਨੂੰ ਮੈਂ ਬਿਲਕੁਲ ਇਗਜ਼ਾਮਪਲ 'ਚ ਪਾ ਕੇ ਬਿਆਨ ਕਰਨ ਦਾ ਯਤਨ ਕਰਦਾ। ਸਾਡੇ 'ਚੋਂ ਕੋਈ ਬੰਦਾ ਇੰਡੀਆ ਗਿਆ ਹੋਏ ਬੈਕ ਹੋਮ, ਪਰਿਵਾਰ ਨੂੰ ਵਿਜ਼ਿਟ ਕਰਨ, ਪਿੰਡ ਨੂੰ ਵਿਜ਼ਿਟ ਕਰਨ ਕਿਤੇ, ਅਤੇ ਉੱਥੋਂ ਵਾਪਸ ਆਵੇ, ਅਤੇ ਵਾਪਸ ਆਏ ਤਾਂ ਅਸੀਂ ਫਿਰ ਪੁੱਛੀਏ ਵੀ ਕੀ ਹਾਲ ਹੈ ਪਿੰਡ ਦਾ, ਗ੍ਰਾਂ ਦਾ, ਪਿੰਡ ਆਲੇ ਦੁਆਲੇ ਦਾ, ਪਰਿਵਾਰ ਦਾ। ਉਹ ਦੱਸੇ ਬੜਾ ਵਧੀਆ, ਸਭ ਠੀਕ ਆ, ਅੱਛਾ ਅੱਛਾ। ਦੋ ਚਾਰ ਦਸ ਗੱਲਾਂ ਹੋਈਆਂ, ਫਿਰ ਗੱਲਾਂ ਕਰਦਿਆਂ ਕਰਦਿਆਂ ਉਹ ਬੰਦਾ ਜੋ ਪੁੱਛ ਰਿਹਾ ਉੱਥੇ ਗਏ ਹੋਏ, ਜੋ ਉੱਥੇ ਵਿਜ਼ਿਟ ਕਰਕੇ ਆਇਆ ਉਸ ਸ਼ਖਸ ਨੂੰ, ਉਹਨੂੰ ਪੁੱਛੇ ਵੀ ਅੱਛਾ ਮੇਰੇ ਬਾਰੇ ਜ਼ਿਕਰ ਹੋਇਆ ਸੀ, ਮੇਰੇ ਬਾਰੇ ਪੁੱਛਿਆ ਸੀ ਕਿਸੇ ਨੇ ਵੀ ਉਹਦਾ ਕੀ ਹਾਲ ਹੈ। ਅਤੇ ਉਹ ਅੱਗੋਂ ਜਿਹੜਾ ਗਿਆ ਹੋਇਆ ਬੰਦਾ ਆ ਉੱਥੋਂ ਆਇਆ ਵਾਪਸ, ਉਹ ਕਹੇ ਵੀ ਤੇਰਾ ਤਾਂ ਕਿਸੇ ਨੇ ਨਾਮ ਹੀ ਨਹੀਂ ਲਿਆ, ਭਾਵ ਤੂੰ ਤਾਂ ਉਹਨਾਂ ਲਈ ਐਗਜ਼ਿਸਟ ਹੀ ਨਹੀਂ ਕਰਦਾ। ਇਹ ਹੈ ਨਾਮ, ਜਿਹਦਾ ਨਾਂ ਹੀ ਨਾ ਲਿਆ ਜਾਏ ਉਹ ਐਗਜ਼ਿਸਟ ਨਹੀਂ ਕਰਦਾ, ਜਿਹਦੀ ਐਗਜ਼ਿਸਟੈਂਸ ਆ ਉਹਦਾ ਨਾਮ ਹੈ। ਜਦੋਂ ਰੱਬ ਜੀ ਦੇ ਬਾਰੇ ਬਾਤ ਆਉਂਦੀ ਹੈ ਇਹਦਾ ਮਾਇਨ ਆਇਆ ਉਹ ਐਗਜ਼ਿਸਟ ਕਰਦਾ। ਅੱਜ ਅੰਗਰੇਜ਼ੀ ਟ੍ਰਾਂਸਲੇਸ਼ਨ ਦੇ 'ਚ ਬਾਤ ਇਹ ਆ ਗਈ ਹੈ ਕਿ ਅਕਾਲ ਪੁਰਖ ਵਾਹਿਗੁਰੂ ਦੇ ਬਾਰੇ ਜਿਹੜਾ ਲਫਜ਼ ਯੂਜ਼ ਕੀਤਾ ਜਾਏ ਉਹ ਗੋਡ ਲਫਜ਼ ਵੀ ਉਹਦਾ ਭਾਵਪੂਰਤ ਨਹੀਂ ਹੈਗਾ, ਕ੍ਰੀਏਟਰ ਵੀ ਨਹੀਂ ਹੈਗਾ, ਐਕਚੁਅਲੀ ਹੈ ਐਗਜ਼ਿਸਟੈਂਸ, ਜਿਹੜੀ ਐਗਜ਼ਿਸਟ ਕਰਦੀ ਹਸਤੀ ਹੋਂਦ। ਇੱਥੇ ਬਾਤ ਆਇਆ ਜੇ ਜਪਣਾ ਹੀ ਹੈ, ਜੇ ਆਰਾਧਨਾ ਹੀ ਹੈ, ਜੇ ਧਿਆਉਣਾ ਹੀ ਹੈ ਮਨਾ, ਸਤਿਨਾਮ ਸਤਿਮਿੰਦ ਦਾ ਅਲਟੀਮੇਟ ਰੀਅਲ ਅਕੀਦੀ ਹਕੀਕਤ ਜਿਹੜੀ ਬਦਲਦੀ ਨਹੀਂ, ਅਸੀਂ ਤੁਸੀਂ ਸਭ ਬਦਲ ਜਾਵਾਂਗੇ। ਅੱਜ ਅਸੀਂ ਧਰਤੀ ਦੇ ਉੱਤੇ ਹੈਗੇ ਹਾਂ, ਕੱਲ੍ਹ ਨਹੀਂ ਹੋਵਾਂਗੇ, ਅੱਜ ਇਸ ਸ਼ਕਲ 'ਚ, ਕੱਲ੍ਹ ਨੂੰ ਇਸ ਸ਼ਕਲ 'ਚ ਨਹੀਂ ਹੋਵਾਂਗੇ, ਅੱਜ ਇਸ ਕਿਸਮ ਦਾ ਜਿਹੜਾ ਹੈਗਾ ਜੀਵਨ ਯਾਪਨ ਹੈ, ਕੱਲ੍ਹ ਨੂੰ ਜੀਵਨ ਯਾਪਨ ਬਦਲ ਸਕਦਾ ਹੈ। ਜਿਹੜੀ ਜੋਤ, ਜਿਹੜੀ ਅਸਲ ਹੋਂਦ ਆ, ਜਿਹਦੇ ਸਦਕਾ ਸਭ ਕਾਇਨਾਤ ਅਤੇ ਸਾਰੇ ਸਾਰੀ ਸਿਰਜੀ ਹੋਈ ਹੈ,
ਉਹ ਮਹਾਰਾਜ ਕਹਿੰਦੇ ਸਦਾ ਕਾਇਮ ਹੈ, ਉਹ ਸਤਿਨਾਮ ਆ। ਬੰਦਾ ਆਪਣੇ ਜ਼ਹਿਨ ਵਿੱਚ ਵਾਰ ਵਾਰ ਸੋਚ ਪਾਵੇ, ਅਹਿਸਾਸੇ, ਫਿਰ ਹਰ ਚੀਜ਼ ਜੋ ਬਦਲਾਅ ਹੁੰਦਾ ਆਲੇ ਦੁਆਲੇ, ਤਬਦੀਲੀ ਬੰਦੇ ਨੂੰ ਬਹੁਤੀ ਵਾਰੀ ਚੰਗੀ ਨਹੀਂ ਲੱਗਦੀ, ਬਦਲਾਅ ਹੁੰਦਾ ਥੋੜ੍ਹਾ ਬਹੁਤਾ, ਮੌਸਮ ਹੀ ਬਦਲ ਜੇ ਬੰਦੇ ਦਾ ਮੂਡ ਸਵਿੰਗ ਕਰ ਜਾਂਦਾ। ਆਪ ਦੇਖੋਗੇ ਕਿ ਥੋੜ੍ਹਾ ਜਿਹਾ ਮੌਸਮ ਬਦਲੇ, ਟੈਂਪਰੇਚਰ ਉੱਤੇ ਥੱਲੇ ਫਲਕਚੁਅਲ ਹੋ ਜਾਏ, ਥੋੜ੍ਹੀ ਜਿਹੀ ਗਰਮੀ ਵੱਧ ਜਾਏ, ਥੋੜ੍ਹੀ ਸਰਦੀ ਵੱਧ ਜਾਏ, ਬੰਦਾ ਇੱਕਦਮ ਘਬਰਾ ਜਾਂਦਾ, ਆਹ ਕੀ ਬਣ ਗਿਆ। ਪਰਿਵਾਰ ਵਿੱਚ ਕੋਈ ਤਬਦੀਲੀ ਆ ਜਾਏ ਥੋੜ੍ਹੀ ਬਹੁਤੀ, ਰੈਗੂਲਰ ਬੇਸਿਸ 'ਤੇ ਜੋ ਚੱਲ ਰਿਹਾ ਠੀਕ ਹੈ, ਇੱਕ ਦਿਨ ਕੀ ਹੋਇਆ, ਇੱਕ ਘਰ ਦੇ ਜੀ ਨੂੰ ਕੋਈ ਜ਼ੁਕਾਮ ਛਿੱਕਾਂ ਆ ਗਈਆਂ, ਬਿਮਾਰ ਹੋ ਗਿਆ, ਬੰਦਾ ਇੰਨੇ 'ਚ ਹੀ ਕਹਿੰਦਾ ਆਹ ਕੀ ਬਣ ਗਿਆ, ਇਹ ਨਹੀਂ ਸੀ ਹੋਣਾ ਚਾਹੀਦਾ, ਆਹ ਆਹ ਤਾਂ ਠੀਕ ਨਹੀਂ ਗਾ। ਹਾਲਾਂਕਿ ਅਸੈਂਸ਼ੀਅਲ ਪਾਰਟ ਆ, ਬਦਲਾਅ ਤਬਦੀਲੀ ਜਿਹੜੀ ਜੀਵਨ ਦਾ ਨਾਮ ਆ। ਕਾਰੋਬਾਰ ਚੱਲ ਰਿਹਾ, ਥੋੜ੍ਹਾ ਬਹੁਤਾ ਕੋਈ ਸੱਜੇ ਖੱਬੇ ਹੋ ਗਿਆ, ਕਿਤੇ ਘਾਟਾ ਪੈ ਗਿਆ, ਨਫਾ ਹੋ ਗਿਆ, ਇੰਨੇ ਦੇ ਨਾਲ ਹੀ ਬੰਦਾ ਕਹਿੰਦਾ ਓਹੋ ਆਹ ਤਾਂ ਠੀਕ ਨਹੀਂ ਹੋਇਆ, ਭਾਵ ਅਨਐਕਸੈਪਟੇਬਲ ਆ। ਪਰ ਮਹਾਰਾਜ ਜ਼ਿਕਰ ਕਰਦੇ, ਜਦੋਂ ਸਤਿਨਾਮ ਹੋਂਦ ਵਾਲੇ ਕਰਤਾਰ ਦਾ ਲਗਾਤਾਰ ਸਿਮਰਨ ਕਰੇਗਾ, ਜਪ ਕਰੇਗਾ, ਇਹ ਜਿਹੜੀਆਂ ਬਦਲਦੀਆਂ ਹੋਈਆਂ ਚੀਜ਼ਾਂ ਆਲੇ ਦੁਆਲੇ ਹੈ, ਜਿਹੜਾ ਕਾਲ ਦਾ ਪ੍ਰਭਾਵ ਆ, ਇਹ ਬਹੁਤ ਅਸਰਦਾਰ ਨਹੀਂ ਹੋਏਗਾ ਤੇਰੇ ਉੱਤੇ। ਅਹਿਸਾਸ ਹੋਏਗਾ ਕਰਨ ਕਰਾਉਣ ਵਾਲਾ ਉਹ ਹੈ, ਉਹ ਰਹਿਣ ਵਾਲਾ ਆ, ਕਿਉਂ ਘਬਰਾਉਣਾ ਹੈ ਮਨ। ਇਹ ਇੱਕ ਡੀਪ ਲੈਵਲ 'ਤੇ ਤੁਹਾਡਾ ਇੱਕ ਬਿਲੀਵ ਸਿਸਟਮ ਇਸ ਰੂਪ ਵਿੱਚ ਆ ਜਾਏ, ਜਪ ਮਨ ਸਤਿਨਾਮ ਸਦਾ ਸਤਿਨਾਮ, ਬਾਬਾ ਜੀ ਜਪ ਕਰਾਂਗੇ, ਇਹ ਆਰਾਧਨ ਕਰਾਂਗੇ, ਇਹ ਸੋਚ ਖਿਆਲ ਆਪਣੇ ਮਨ ਵਿੱਚ ਲਗਾਤਾਰ ਪਾਵਾਂਗੇ, ਫਾਇਦਾ ਕੀ ਹੈ? ਸਭ ਕਹਿੰਦੇ ਹਾਲਤ ਪਲਤ ਮੁੱਖ ਉਜਲ ਹੋਈ ਹੈ, ਨਿਤ ਧਿਆਈ ਹੈ ਹਰ ਪੁਰਖ ਨਿਰੰਜਨਾ। ਹਾਲਤ ਪਲਤ ਮੁੱਖ ਉਜਲ ਹੋਈ ਹੈ, ਹਾਲਤ ਕਹਿੰਦੇ ਹਾਲਾਤ ਨੂੰ, ਹੁਣ ਨੂੰ, ਪਲਤ ਕਹਿੰਦੇ ਪਰਲੋਕ ਨੂੰ, ਪਰਲੇ ਹਾਲਾਤ ਨੂੰ, ਜਿਹੜੇ ਹੁਣ ਨਹੀਂ ਆਉਂਦੇ ਸਮੇਂ 'ਚ, ਫਿਊਚਰ, ਉਹ ਕਿਸੇ ਪੱਖ ਦਾ ਵੀ ਹੋ ਸਕਦਾ, ਉਹ ਇਨ ਲਾਈਫ ਵੀ ਹੋ ਸਕਦਾ, ਆਫਟਰ ਲਾਈਫ ਵੀ ਹੋ ਸਕਦਾ। ਇੱਥੇ ਜ਼ਿਕਰ ਆਇਆ ਹਾਲਤ ਪਲਤ ਮੁੱਖ ਉਜਲ ਹੋਈ ਹੈ, ਲੋਕ ਪਰਲੋਕ ਸਵਰੇ, ਜਿਹਨੂੰ ਅਸੀਂ ਆਮ ਸਿੰਪਲ ਲੈਂਗੁਏਜ 'ਚ ਕਹਿੰਦੇ ਹਾਂ, ਹਾਲਾਤ ਪ੍ਰੈਜੈਂਟ ਦੇ ਵਿੱਚ। ਹੁਣ ਬਾਤ ਇਹ ਹੁੰਦੀ ਹੈ, ਬੰਦਾ ਭਵਿੱਖ ਮੁਖੀ ਬਹੁਤ ਪਰੇਸ਼ਾਨ ਆ, ਬੰਦਾ ਭਵਿੱਖ ਮੁਖੀ ਹੋ ਕੇ ਬੜਾ ਪਰੇਸ਼ਾਨ ਹੁੰਦਾ, ਬੜਾ ਉਸ ਰੂਪ ਦੇ 'ਚ ਪਰੇਸ਼ਾਨਗੀ ਆਉਂਦੀ ਉਹਨੂੰ। ਮੈਨੂੰ ਯਾਦ ਆ, ਇੱਥੇ ਇੱਕ ਬੱਚਾ ਸੀਗਾ, ਅਤੇ ਉਹ ਮਤਲਬ ਇੱਕ ਜਿਹੜੀਆਂ ਹੈਲਥ ਬੇਸਡ ਐਕਸਰਸਾਈਜ਼ ਕਾਇੰਡ ਆਫ ਥਿੰਗਸ ਕਰਦਾ ਸੀਗਾ, ਅਤੇ ਉਹਨੂੰ ਇੱਥੇ ਇੱਕ ਐਜੂਕੇਸ਼ਨਲ ਇੰਸਟੀਟਿਊਸ਼ਨ ਦੇ ਵਿੱਚ ਪਾਰਟ ਟਾਈਮ ਜੋਬ ਮਿਲ ਗਈ, ਉਹ ਐਕਸਰਸਾਈਜ਼ ਵਗੈਰਾ ਕਰਾਉਣ ਦੀ, ਅਤੇ ਥੋੜ੍ਹਾ ਉਹਦੇ ਉੱਤੇ ਲੈਕਚਰ ਵਗੈਰਾ ਕਰਨ ਦਾ, ਅਤੇ ਉਹ ਜੋਬ ਮਿਲ ਗਈ। ਅਤੇ ਮੈਂ ਦੇਖਿਆ, ਮਹੀਨਾ ਦੋ ਮਹੀਨਾ ਜੋਬ ਕਰਦੇ ਨੂੰ ਹੋ ਗਿਆ, ਅਤੇ ਥੋੜ੍ਹਾ ਬੁਝਿਆ ਬੁਝਿਆ ਜਾ ਰਹਿੰਦਾ, ਅਤੇ ਮੈਂ ਉਹ ਪੁੱਛਿਆ, ਮੈਂ ਕਿਹਾ ਉਹ ਕੀ ਹੋਇਆ, ਬੜਾ ਉਦਾਸ ਜਿਹਾ ਰਹਿੰਦਾ, ਗੱਲ ਕੀ ਹੈ? ਕਹਿਣ ਲੱਗਾ, ਸੋਚਦਾ ਇਹ ਹਾਂ ਵੀ ਕਿੰਨਾ ਕੁ ਸਮਾਂ ਜੋਬ ਚੱਲੇਗੀ, ਇਹ ਪਾਰਟ ਟਾਈਮ ਆ, ਛੁੱਟ ਜਾਏਗੀ, ਕੱਲ੍ਹ ਨੂੰ ਜੋਬ ਛੱਡ ਕੇ ਪੜ੍ਹਾਈ ਕਰਾਂ, ਕੋਈ ਕੈਰੀਅਰ ਹੋਰ ਚੂਜ਼ ਕਰਾਂ, ਕਿਸ ਢੰਗ ਦੇ ਨਾਲ? ਮੈਂ ਕਿਹਾ ਗੱਲ ਇਹ ਹੈ, ਹਾਊ ਡੂ ਯੂ ਫੀਲ ਵੈਨ ਯੂ ਟੀਚ, ਵੈਨ ਯੂ ਟੀਚ ਟੂ ਅਦਰ ਪੀਪਲ, ਵੈਨ ਯੂ ਐਕਚੁਲੀ ਪਾਰਟੀਸਪੇਟ ਇਨ ਦੋਜ਼ ਫਿਜ਼ੀਕਲ ਐਜੂਕੇਸ਼ਨਲ ਪ੍ਰੋਗਰਾਮਸ? ਕਹਿੰਦਾ ਆਈ ਲਵ ਇਟ, ਇਹ ਤਾਂ ਮੈਂ ਲੱਗਦਾ ਮੇਰਾ ਡਰੀਮ ਸੱਚ ਹੋ ਰਿਹਾ। ਮੈਂ ਕਿਹਾ ਦੈਨ ਵਾਈ ਆਰ ਯੂ ਵਰੀਡ, ਆਪਣੀ ਫੁੱਲ ਐਨਰਜੀ ਇਹਦੇ 'ਚ ਪਾ। ਉਹ ਕਹਿੰਦਾ ਪਰ ਕੱਲ੍ਹ ਨੂੰ ਹੋ ਸਕਦਾ ਜੋਬ ਹੀ ਨਾ ਰਹੇ। ਮੈਂ ਕਿਹਾ ਹੁਣ ਤਾਂ ਧਿਆਨ ਦੇ ਨਾ ਪ੍ਰੈਜੈਂਟ 'ਤੇ, ਪ੍ਰੈਜੈਂਟ ਦੇ ਵਿੱਚ ਇਸ ਜੋਬ ਨੂੰ ਇੰਨੇ ਸੋਹਣੇ ਢੰਗ ਨਾਲ ਕਰ ਕਿ ਜਿਹੜਾ ਇੰਸਟੀਟਿਊਸ਼ਨ ਆ ਉਹਦੇ ਵਿੱਚ ਤੇਰੀ ਜੋਬ ਇਤਨੀ ਕਮਾਲ ਦੀ ਹੋਏ ਕਿ ਉਹ ਕਹਿਣੇ ਦੇ ਬਿਨਾਂ ਅਸੀਂ ਤਾਂ ਇਮੈਜਿਨ ਹੀ ਨਹੀਂ ਕਰ ਸਕਦੇ ਆਪਣੇ ਇੰਸਟੀਟਿਊਸ਼ਨ। ਉਹ ਕਹਿੰਦਾ ਵੀ ਤੂੰ ਇਹਦੇ ਨਾਲ ਇਹ ਵਾਕਿਆ 'ਚ ਹੀ ਮੇਰਾ ਕੈਰੀਅਰ ਬਣ ਸਕਦਾ। ਮੈਂ ਕਿਹਾ ਕਿਉਂ ਨਹੀਂ ਬਣ ਸਕਦਾ, ਗੋ ਹੈਡ, ਟਰਾਈ ਟੂ ਪੇ ਯੂਰ ਅਟੈਂਸ਼ਨ 100% ਹੇਅਰ ਐਂਡ ਨਾਓ ਦੀ ਸਿਚੁਏਸ਼ਨ ਦੇ ਵਿੱਚ। ਲਓ ਜੀ, ਅੱਜ 10 ਸਾਲ ਦੀ ਬਾਤ ਹੋ ਗਈ ਹੋਣੀ ਘੱਟ ਤੋਂ ਘੱਟ, ਉਹਨੇ ਇਸੇ ਰੂਪ ਵਿੱਚ ਬਾਤ ਕੀਤੀ। ਪਤਾ ਹੀ ਨਹੀਂ ਲੱਗਾ ਕਦੋਂ ਪਾਰਟ ਟਾਈਮ ਤੋਂ ਫੁੱਲ ਟਾਈਮ ਹੋ ਗਿਆ, ਫੁੱਲ ਟਾਈਮ ਤੋਂ ਉੱਥੇ ਜਿਹੜਾ ਹੈਗਾ ਉਹਨਾਂ ਦੀ ਫੈਕਲਿਟੀ ਦਾ ਮੈਂਬਰ ਬਣ ਗਿਆ, ਅਤੇ ਸਾਰਾ ਉਸ ਰੂਪ ਵਿੱਚ ਚੱਲਦਾ। ਹਾਲਤ ਪਲਤ ਹਾਲਾਤ, ਜਦੋਂ ਤੁਸੀਂ ਹੇਅਰ ਐਂਡ ਨਾਓ ਸਟੇ ਇਨ ਪ੍ਰੈਜੈਂਟ, ਇਹੀ ਹੈ ਮਨ ਦੀ ਦਸ਼ਾ ਕੀ ਹੈ,
ਮਨ ਹੁਣ ਦੇ ਉੱਤੇ ਫੋਕਸ ਨਹੀਂ ਕਰ ਰਿਹਾ, ਆਉਣ ਵਾਲੇ ਭਵਿੱਖ ਬਾਰੇ ਚਿੰਤਾ ਤੁਰ ਹੋ ਰਿਹਾ, ਪਤਾ ਨਹੀਂ ਕੀ ਬਣੇਗਾ ਕੀ ਬਣੇਗਾ। ਭਾਈ ਹੁਣ ਆਹ ਕਿਉਂ ਗਵਾ ਰਿਹਾ ਹੈ? ਆਹੀ ਘੋਲ ਆ ਤੇਰੇ, ਆਉਂਦੇ ਤਾਂ ਕੁਝ ਪਤਾ ਆ, ਜਪ ਇਹੀ ਹੈ, ਸੱਤ ਇਹੀ ਹੈ, ਰਿਐਲਿਟੀ ਇਹੀ ਹੈ, ਯਥਾਰਥ ਇਹ ਅਸੀਂ ਹੁਣ ਵਿੱਚ ਹਾਂ, ਪਿੱਛੇ ਬੀਤ ਚੁੱਕਾ ਆ, ਅੱਗੇ ਦਾ ਸਾਨੂੰ ਪਤਾ ਕੋਈ ਨਹੀਂ, ਹੁਣ ਵਿੱਚ ਜੀ ਇਹ ਸਤਨਾਮ ਆ, ਇਹ ਹੈ ਅਸਲ ਵਿੱਚ ਸਿਮਰਨ ਲਗਾਤਾਰ ਕਰਨਾ। ਇਸ ਕਿਸਮ ਦੀ ਸਿਮਰਤੀ ਵਿੱਚ ਜਦੋਂ ਬੰਦੇ ਦਾ ਮਨ ਹੈ ਇੱਕ ਲੈਵਲ 'ਤੇ, ਐਕਸਰਸਾਈਜ਼ ਆ ਲਗਾਤਾਰ ਆਪਣੇ ਆਪ ਨਾਲ ਦੁਹਰਾ ਦੁਹਰਾ ਕੇ ਦੱਸਣਾ। ਹੁਣ ਤਾਂ ਕਿਤਾਬਾਂ ਲਿਖ ਮਾਰੀਆਂ ਲੋਕਾਂ ਦੇ ਉੱਤੇ, ਬੈਸਟ ਸੈਲਿੰਗ ਬੁੱਕ ਜਿਹੜੀ ਹੈਗੀ ਹੈ ਕੈਨੇਡਾ ਦੀ ਲਾਸਟ ਡੈਕੇਡ ਦੇ ਵਿੱਚ, ਉਹ ਹੈਗੀ ਹੈ ਪਾਵਰ ਆਫ ਨਾਓ, ਹੁਣ ਵਿੱਚ ਰਹਿਣ ਦੀ ਤਾਕਤ। ਇੰਨੀ ਬੁੱਕ ਵਿਕੀ, ਹਾਲਾਂਕਿ ਗੁਰਬਾਣੀ ਦਾ ਸਕੂ ਆ ਤੁਹਾਡੇ ਸਾਹਮਣੇ ਆ, ਕੋਈ 400 ਵਰੇ ਪਹਿਲਾਂ ਲਿਖੀ ਗਈ ਰਚਨਾ, 450 ਵਰੇ ਪਹਿਲਾਂ ਰਚਨਾ ਮੈਂ ਤੁਹਾਡੇ ਸਾਹਮਣੇ ਐਕਸਪਲੇਨ ਕਰ ਰਿਹਾ ਹਾਂ। ਮਹਾਰਾਜ ਇਹਦੀ ਬਾਤ ਕਰਦੇ, ਹਾਲਤ ਪਲਤ ਮੁੱਖ ਉਜਲ ਹੋਈਆਂ, ਮੁੱਖ ਉਜਲ ਹੋਣਾ, ਉਜਲਾ ਮੁੱਖ ਕਦੋਂ ਹੁੰਦਾ? ਗਲੋਰੀਫੁਲ ਐਕਚੁਅਲੀ ਫੇਸ ਹੋਣਾ। ਜਦੋਂ ਬੰਦਾ ਡਿਪਰੈਸਡ ਆ, ਜਦੋਂ ਬੰਦੇ ਦੇ ਅੰਦਰ ਕੋਈ ਚੀਜ਼ਾਂ ਚੰਗੀਆਂ ਨਹੀਂ ਚੱਲ ਰਹੀਆਂ, ਤੁਸੀਂ ਸੋਚਦੇ ਹੋ ਚਿਹਰੇ 'ਤੇ ਗਲੋਰੀ ਆਏਗੀ? ਨੋ ਵੇ। ਇਹੋ ਜਿਹੇ ਜਿਹੜੀ ਗਲੋਰੀ ਹੈ ਐਕਚੁਅਲ ਲੈਵਲ 'ਤੇ, ਇਹ ਸਿੰਬਲ ਆ ਪ੍ਰੋਸਪੈਰਿਟੀ ਦਾ, ਸਿੰਬਲ ਆ ਹੈਪੀਨੈਸ ਦਾ, ਸਿੰਬਲ ਆ ਜਿਹੜੀ ਐਕਚੁਅਲ ਲੈਵਲ 'ਤੇ ਹੋਲੀ ਲਾਈਫ ਦਾ ਵੀ ਸਿੰਬਲ ਇਹੀ ਮੰਨਿਆ ਜਾਂਦਾ। ਨੂਰ ਕਹਿੰਦੇ ਨੇ ਚਿਹਰੇ ਦਾ ਹੁੰਦਾ ਉਸ ਰੂਪ 'ਤੇ। ਗੁਰੂ ਬਾਬਾ ਜੀ ਨੇ ਬਾਤ ਕੀਤੀ, ਹਲਤ ਪਲਤ ਮੁੱਖ ਉਜਲ ਹੋਈ ਹੈ, ਨਿਤ ਧਿਆਈ ਹੈ ਹਰ ਪੁਰਖ ਨਿਰੰਜਨਾ, ਰੱਬ ਨੂੰ ਕਿਤੇ ਬਾਹਰ ਨਾ ਲੱਭਣ ਜਾਈ, ਨਿਤਾ ਪ੍ਰਤੀ ਧਿਆਈ ਉਸ ਪੁਰਖ ਨੂੰ ਜਿਹੜਾ ਸਮੁੱਚੇ ਸੰਸਾਰ ਦੇ ਵਿੱਚ ਪੁਰਛਿਆ ਹੋਇਆ ਹੈ। ਅਤੇ ਉਹ ਪੁਰਖ ਪਤਾ ਕਿਵੇਂ ਦਾ? ਨਿਰੰਜਨ, ਅੰਜਨ ਕਹਿੰਦੇ ਨੇ ਕਾਲਖ ਨੂੰ, ਇਹ ਸੰਸਾਰ ਕਹਿੰਦੇ ਕਾਲਖ ਮੈਲ ਆ, ਮੈਲ, ਇਸ ਮੈਲ ਦੇ ਵਿੱਚ ਉਹ ਨਿਰਮਲ ਤੱਤ ਬੈਠਾ ਆ, ਇੱਥੇ ਹੀ ਹੈ। ਇਹਨੂੰ ਬਾਣੀ ਨੇ ਕਿਹਾ, ਕਤ ਜਾਈ ਕਿਤ ਜਾਈਐ ਰੇ ਕਰ ਲਾਗੋ ਰੰਗ, ਕਿੱਥੇ ਜਾਉਣਾ ਹੈ, ਕਿੱਥੇ ਭੱਜਣਾ ਆ, ਘਰ ਹੀ ਰੰਗ ਲੱਗਾ, ਇੱਥੇ ਤਾਂ ਹੈ। ਅੰਜਨ ਮਾਹੇ ਨਿਰੰਜਨ ਰਹੀ ਹੈ, ਇਹੀ ਜਾਚ ਅਸੀਂ ਸਿੱਖਣੀ ਹੈ, ਕਿਉਂਕਿ ਅੰਜਨ ਹੀ ਨਿਰੰਜਨ ਇਸ ਅੰਜਨ ਦੇ ਵਿੱਚ ਬੈਠਾ ਹੈਗਾ। ਇਹ ਰਹਾਓ ਦਾ ਪਦਾ ਸਾਹਿਬ ਨੇ ਬਾਤ ਕੀਤੀ। ਹੁਣ ਗੁਰੂ ਰਾਮਦਾਸ ਸਾਹਿਬ ਨੇ ਕੁਝ ਭਾਰਤੀ ਖਿੱਤੇ ਦੀਆਂ ਜਿਹੜੀਆਂ ਪੁਰਾਣੀਆਂ ਸੋਚਾਂ, ਜਿਨ੍ਹਾਂ ਦੇ ਵਿੱਚ ਹਜ਼ਾਰਾਂ ਹਜ਼ਾਰਾਂ ਸਾਲਾਂ ਤੋਂ ਲੋਕ ਫਸੇ ਵਿਚਾਰੇ, ਅਤੇ ਉਹਨਾਂ ਕਾਲਪਨਿਕ ਚੀਜ਼ਾਂ ਦੀ ਐਕਸਰਸਾਈਜ਼ ਕਰੀ ਜਾਂਦੇ, ਬਾਬਾ ਜੀ ਨੇ ਉਹਦੀ ਕੁਝ ਮੈਟਾਫੋਰਿਕ ਐਗਜ਼ਾਮਪਲ ਕਰਕੇ ਸਾਨੂੰ ਸੱਚ ਦਾ ਸੰਦੇਸ਼ ਸਮਝਾਇਆ। ਕਿਹਾ, ਇੱਛਾ ਪੂਰਕ ਸਰਬ ਸੁਖਦਾਤਾ ਹਰ, ਜਾਂ ਕੈ ਵਸ ਹੈ ਕਾਮ ਤੇਨਾ। ਧੇਨ ਕਹਿੰਦੇ ਨੇ ਗਊ ਨੂੰ, ਅਤੇ ਕਾਮ ਧੇਨ ਇੱਕ ਕਾਲਪਨਿਕ ਗਊ ਦਾ ਕਰੈਕਟਰ ਮੰਨਿਆ ਗਿਆ, ਜਿਹੜਾ ਕਹਿੰਦੇ ਨੇ ਸਵਰਗ ਵਿੱਚ ਆ, ਅਤੇ ਜੋ ਉਸ ਗਾਂ ਤੋਂ ਮੰਗੋਗੇ ਤਾਂ ਉਹ ਦੇ ਦਿੰਦੀ ਹੈ। ਇਸ ਰੂਪ ਦੇ ਵਿੱਚ ਇਹ ਵਹਿਮ ਦੰਭਾਂ ਦੀ ਹਾਲਤ ਇਹ ਹੈ ਕਿ ਇਹਨਾਂ ਦੇ ਵਿੱਚੋਂ, ਇਹਨਾਂ 'ਚ ਪੈਣਾ ਤਾਂ ਬੜਾ ਸੌਖਾ ਆ, ਪੈ ਤਾਂ ਕੋਈ ਵੀ ਸਕਦਾ ਕਿਸੇ ਰੂਪ ਦੇ ਵਿੱਚ, ਨਿਕਲਣਾ ਬੜਾ ਔਖਾ ਆ। ਇਸ ਤਰੀਕੇ ਨਾਲ ਤੁਸੀਂ ਦੇਖੋਗੇ ਤਾਂ ਭਾਰਤੀ ਖਿੱਤਾ ਜਿਹੜਾ ਆ, ਇਹਨਾਂ ਮੁਲਕਾਂ 'ਚ ਬੈਠੇ ਹਾਂ ਅਸੀਂ, ਲੋਕ ਕਹਿੰਦੇ ਨੇ ਸਾਡੀ ਤਾਂ ਸੱਭਿਅਤਾ ਬੜੀ ਤਕੜੀ ਹੈ, ਸਾਡੀ ਤਾਂ ਸੱਭਿਅਤਾ ਐਡੀ ਵਧੀਆ ਹੈ ਕਿ ਅਸੀਂ ਗਾਂ ਦਾ ਦੁੱਧ ਪੀਂਦੇ ਹਾਂ, ਅਤੇ ਦੁੱਧ ਪੀਣ ਤੋਂ ਬਾਅਦ ਉਸ ਗਾਂ ਨੂੰ ਪੂਜਦੇ ਹਾਂ। ਇਹੋ ਜਿਹੀਆਂ ਗੱਲਾਂ ਹੁੰਦੀਆਂ ਜਿਹਨਾਂ ਮੋਬਾਲਿਕ 'ਚ ਅਸੀਂ ਰਹਿ ਰਹੇ ਹਾਂ। ਦੀਜ਼ ਮੋਬਾਲਿਕ ਆਰ ਬੀਫ ਈਟਰਸ, ਇਹ ਗਾਂ ਖਾਂਦੇ ਨੇ, ਇਹ ਗਾਂ ਦਾ ਮਾਸ ਖਾਂਦੇ ਨੇ ਵੱਡੇ ਲੈਵਲ 'ਤੇ। ਤੁਸੀਂ ਮੇਪਲ ਲੀਫ ਤੋਂ ਵੱਡੀਆਂ ਵੱਡੀਆਂ ਕੰਪਨੀਆਂ ਦੇਖੋ, ਸਾਡੇ ਵੱਡੇ ਲੈਵਲ 'ਤੇ ਲੋਕ ਇਹੋ ਜਿਹੀਆਂ ਕੰਪਨੀਆਂ 'ਚ ਕੰਮ ਵੀ ਕਰਦੇ ਨੇ। ਮੈਂ ਇਹਨੂੰ ਸਿੰਪਲ ਭਾਵ ਵਿੱਚ ਇਗਜ਼ਾਮਪਲ ਕਰਦਾ ਹਾਂ। ਬੀਤੇ ਕੱਲ੍ਹ ਬਹੁਤ ਅਰਲੀ ਮੋਰਨਿੰਗ ਮੈਂ ਬੜੀ ਦੂਰ ਜਾਣਾ ਸੀਗਾ, ਕਿਸੇ ਕੈਨੇਡੀਅਨ ਇੰਸਟੀਟਿਊਸ਼ਨ ਦੇ ਵਿੱਚ ਕਾਉਂਸਲਿੰਗ ਰਿਲੇਟਡ, ਅਤੇ ਅਸੀਂ ਬਹੁਤ ਅਰਲੀ ਮੋਰਨਿੰਗ ਨਿਕਲੇ, ਅਤੇ ਕਿਉਂਕਿ ਮੈਂ ਇਕੱਲਾ, ਕਈ ਵਾਰ ਹਾਰਡ ਹੁੰਦਾ, ਬੱਚਾ ਹੈਗਾ, ਲੜਕਾ ਹੈਗਾ, ਅਤੇ ਉਹ ਮੇਰੇ ਨਾਲ ਬੈਠਾ ਸੀ ਗੱਲਾਂ ਬਾਤਾਂ ਕਰਦੇ, ਤਾਂ ਕਿ
ਸੁਸਤੀ ਨਾ ਮਹਿਸੂਸ ਹੋਏ, ਨੀਂਦ ਨਾ ਆਵੇ, ਲੌਂਗ ਡਰਾਈਵ 'ਤੇ ਜਾ ਰਹੇ ਹਾਂ। ਅਸੀਂ ਦੋਨੋਂ ਜਣੇ ਬੈਠੇ ਅਤੇ ਉਹ ਬੈਠਿਆਂ ਗੱਲਾਂ ਬਾਤਾਂ ਹੋ ਰਹੀਆਂ ਸੀਗੀਆਂ, ਅਤੇ ਉਹ ਜਦੋਂ ਅਸੀਂ ਹਾਈਵੇ 'ਤੇ ਪਏ ਹਾਂ ਅਤੇ ਸਿੱਧਾ ਜਾ ਰਹੇ ਹਾਂ, ਤੂੰ ਗੱਲਾਂ ਬਾਤਾਂ ਹੁੰਦਿਆਂ ਅਸੀਂ ਕਰ ਰਹੇ ਹਾਂ, ਅਤੇ ਮੈਂ ਉਹਨੂੰ ਕਹਿ ਰਿਹਾ, ਮੈਂ ਕਹਿੰਦੇ ਕਿੰਨੇ ਕਿਲੋਮੀਟਰ ਜਾਣਾ, ਮੈਂ ਕਿਹਾ ਕੋਈ ਅਰਾਊਂਡ 300 ਕਿਲੋਮੀਟਰ ਵਨ ਵੇ ਇੱਕ ਸਾਈਡ 'ਤੇ ਜਾਣਾ। ਅਤੇ ਉਹ ਗੱਲਾਂ ਕਰਦਿਆਂ ਬਾਤ ਇਹ ਹੋਈ ਕਿ ਜੇ ਇੰਡੀਆ ਐਵੇਂ ਜਾਣਾ ਹੋਏ ਘਰੋਂ 300 ਕਿਲੋਮੀਟਰ ਇਸ ਰੂਪ ਦੇ 'ਚ, ਸੱਚਾਈ ਇਹ ਹੈ ਮੈਂ ਕਾਫੀ ਟਰੈਵਲ ਕੀਤਾ ਉੱਥੇ, ਬਾਇਆ ਟ੍ਰੇਨ ਵੀ ਕੀਤਾ ਹੈ, ਜਿਹੜਾ ਹੈਗਾ ਵਹੀਕਲ ਦੇ ਉੱਤੇ ਕਾਰ ਦੇ ਉੱਤੇ ਤਾਂ ਕਾਫੀ ਜ਼ਿਆਦਾ ਕੀਤਾ। ਹਕੀਕਤ ਇਹ ਹੁੰਦੀ ਸੀ ਘਰੋਂ ਨਿਕਲਦੇ ਸੀਗੇ ਅਤੇ ਇੱਕ ਦੀ ਜਾਂ ਦੇ 2-3 ਬੰਦੇ ਹੁੰਦੇ ਸੀ ਅਤੇ ਮੋਸਟਲੀ ਕੁਝ ਨਾ ਕੁਝ ਹਥਿਆਰ ਵੈਪਨ ਵਗੈਰਾ ਵਿੱਚ ਰੱਖਦੇ ਸੀਗੇ ਅਤੇ ਸੇਫਟੀ ਦਾ ਕੋਈ ਥਾਂ ਟਿਕਾਣਾ ਨਹੀਂ ਸੀਗਾ, ਕੋਈ ਪਤਾ ਨਹੀਂ ਵੀ ਕਿਤੇ ਪਹੁੰਚਣਾ ਵੀ ਕਿ ਨਹੀਂ ਪਹੁੰਚਣਾ, ਰਾਜ ਕਿਹੋ ਜਿਹਾ ਕਿਹੋ ਜਿਹੀ ਘਟਨਾ ਵਾਪਰਨੀ ਕੁਛ ਰੂਪ ਵਿੱਚ। ਅਸੀਂ ਦੋਨੋਂ ਜਿਹੜੇ ਇੱਥੋਂ ਨਿਕਲੇ ਹਾਂ ਕੋਈ ਫਿਕਰ ਹੀ ਨਹੀਂ ਹੈਗਾ, ਪਤਾ ਜੇ ਕਿਤੇ ਕੋਈ ਇਸ਼ੂ ਆ ਗਿਆ 911 ਡਾਇਲ ਕਰਨਾ ਤਾਂ ਉੱਥੇ ਅਥਾਰਟੀਜ਼ ਆ ਜਾਣੀਆਂ ਨੇ। ਜਿਹੜੇ ਲੋਕ ਬੀ ਫੀਟਰਸ ਨੇ, ਜਿਹਨਾਂ ਲੋਕਾਂ ਨੂੰ ਕਿਹਾ ਜਾਂਦਾ ਕਿ ਇਹ ਲੋਕ ਤਾਂ ਮਲੇਸ਼ ਨੇ, ਲੋਕ ਤਾਂ ਇਸ ਕਿਸਮ ਦੇ ਨਾਲ, ਉਹਨਾਂ ਨੇ ਇੱਕ ਐਸਾ ਮਵਾਲੀ ਖਿੱਤਾ ਪੈਦਾ ਕੀਤਾ ਆ ਜਿਹਦੇ 'ਚ ਐਵਰੀ ਵਨ ਐਕਚੁਲੀ ਕੈਨ ਫੀਲ ਸੇਫ ਐਂਡ ਸਿਕਿਓਰ। ਇਹਦੇ ਮੁਕਾਬਲੇ ਤੁਹਾਨੂੰ ਉੱਥੇ ਦੇਖੋ ਜਿੱਥੇ ਮਤਲਬ ਪੂਜਾ ਹੋ ਰਹੀ ਹੈ, ਅਤੇ ਪੂਜਾ ਹੋ ਰਹੀ ਹੈ ਪਸ਼ੂਆਂ 'ਤੇ, ਪਸ਼ੂਆਂ ਦੀ ਪੂਜਾ ਨਹੀਂ, ਪਸ਼ੂਆਂ ਦੇ ਵਗ ਤੁਰੇ ਫਿਰਦੇ ਨੇ, ਹੋਰ ਤਾਂ ਸੇਫਟੀ ਕੀ ਹੋਏਗੀ, ਉਹਨਾਂ ਪਸ਼ੂਆਂ ਦੇ ਸਦਕੇ ਸੇਫਟੀ ਜੈਪਰਟਾਈਜ਼ ਹੋ ਰਹੀ ਸਾਰੇ ਦੀ ਸਾਰੀ। ਸੋ ਇਹ ਹਾਲਾਤ ਜਿਹੜੇ ਨੇ ਇਹ ਇਸ ਰੂਪੇ ਦੇਖੇ ਜਾਣ 'ਤੇ ਬੰਦਾ ਕਹੇਗਾ ਆਖਿਰਕਾਰ ਕਾਰਨ ਕੀ ਇਹਦਾ। ਸਭ ਤੋਂ ਵੱਡਾ ਕਾਰਨ ਇਹ ਹੈਗਾ ਕਿ ਲੋਕਾਂ ਦਾ ਜ਼ਹਿਨ 'ਚ ਇਹ ਪਿਆ ਵੀ ਹਰ ਗਾਂ ਦੇ ਵਿੱਚ ਕਿਸੇ ਵਕਤ ਨਾ ਕਦੀ ਉਹ ਕਾਲਪਨਿਕ ਗਾਂ ਜਿਹੜੀ ਕਾਮਧੇਨ ਹੈ ਉਹ ਆ ਕੇ ਬੈਸ ਜਾਂਦੀ ਹੈ, ਇਸ ਕਰਕੇ ਗਾਈਆਂ ਨੂੰ ਪੇੜੇ 'ਚ ਰਾਈ ਜਾਓ, ਉਹ ਗਾਵਾਂ ਨੂੰ ਪੇੜੇ 'ਚ ਰਾਉਣੇ, ਉਹਨਾਂ ਨੂੰ ਜਿਹੜਾ ਹੈਗਾ ਇਸ ਕਿਸਮ ਦੇ ਨਾਲ ਪੂਜਣਾ ਅਰਚਨਾ ਕਰਨਾ, ਤਾਂ ਕਿ ਇਹ ਗਾਂ ਜਿਹੜੀ ਹੈ ਮੇਰੀ ਕੋਈ ਅੰਦਰ ਦੀ ਇੱਛਾ ਪੂਰੀ ਕਰ ਦੇਗੀ। ਗੁਰੂ ਰਾਮਦਾਸ ਸਾਹਿਬ ਨੇ ਜਿਹੜੀ ਬਾਤ ਕਹੀ ਹੈ ਤੁਸੀਂ ਧਿਆਨ ਨਾਲ ਦੇਖੋ, ਇੱਛਾ ਪੂਰਕ ਸਰਬ ਸੁਖਦਾਤਾ ਹਾਰ, ਸਭ ਇੱਛਾਵਾਂ ਦੀ ਪੂਰਤੀ ਕਰਨ ਵਾਲਾ, ਸਭ ਸੁੱਖਾਂ ਨੂੰ ਦੇਣ ਵਾਲਾ ਅਕਾਲ ਪੁਰਖ ਵਾਹਿਗੁਰੂ ਹਰੀ ਆਪ ਹੈ। ਹਰੀ ਹੈ ਦਾਤ ਦਹਿੰਦ, ਬੰਦੇ ਤੇਰੇ ਜ਼ਹਿਨ 'ਚ ਬਾਤ ਆ ਜਾਏ ਕੋਈ ਹੋਰ ਕਾਲਪਨਿਕ ਕਾਮ ਧੇਨ ਆ ਉਸ ਕਿਸਮ ਦੇ ਪਿੱਛੇ ਨਹੀਂ ਪੈਣਾ। ਫਿਰ ਕਿਹਾ ਜਾਂ ਕੈ ਵਸ ਹੈ ਕਾਮ ਧੇਨਾ, ਕਿਉਂਕਿ ਜਿਹਨਾਂ ਲੋਕਾਂ ਦੀਆਂ ਹਜ਼ਾਰਾਂ ਹਜ਼ਾਰਾਂ ਸਾਲਾਂ ਤੋਂ ਐਕਸਰਸਾਈਜ਼ ਹੈਗੀਆਂ ਨੇ ਇਸ ਰੂਪ ਦੇ ਵਿੱਚ, ਉਹਨਾਂ ਨੂੰ ਤੁਸੀਂ ਸਮਝਾਓਗੇ ਤਾਂ ਕਿਵੇਂ ਸਮਝਾਓਗੇ, ਉਹਨਾਂ ਨੂੰ ਉਹਨਾਂ ਦੇ ਨਾਲ ਵਾਕ ਕਰੋਗੇ ਨਾ, ਉਹਨਾਂ ਦੀ ਬਾਂਹ ਫੜ ਕੇ। ਗੁਰੂ ਬਾਬਾ ਜੀ ਕਹਿੰਦੇ ਹੋ ਜਿਸ ਕਾਮ ਧੇਨ ਨੂੰ ਤੁਸੀਂ ਪੂਜਦੇ ਹੋ ਇਹ ਵੀ ਹਰੀ ਦੇ ਵਾਸਿਆ ਭਾਵ, ਇਸ ਕਾਲਪਨਿਕ ਗਊ ਦੇ ਚੱਕਰ 'ਚ ਨਾ ਪਵੋ, ਅਕਾਲ ਪੁਰਖ ਵਾਹਿਗੁਰੂ ਨਾਲ ਸਿੱਧੀ ਆਪਣੀ ਸਾਂਝ ਬਣਾਓ। ਇਹ ਖਾਲਿਸ ਸੋਚ ਗੁਰੂ ਬਾਬਾ ਜੀ ਸਾਡੇ ਸਾਰਿਆਂ ਵਾਸਤੇ ਇਸ ਰੂਪ ਵਿੱਚ ਪ੍ਰਚਾਰ ਦੇ ਪ੍ਰਸਾਰ ਦੇ, ਇਹਦਾ ਜਪ ਹੋਏ, ਇਹਦਾ ਅਧਿਐਨ ਹੋਏ, ਧਿਆਨ ਹੋਏ ਲਗਾਤਾਰ ਬੰਦੇ ਦੇ ਜ਼ਹਿਨ ਦੇ ਵਿੱਚ, ਬੰਦੇ ਦੀ ਸੁਰਤ ਬਦਲੇਗੀ। ਅਦਰਵਾਈਜ਼ ਇਹ ਜਿਹੜੀਆਂ ਚੀਜ਼ਾਂ ਨੇ, ਬੰਦਾ ਮਨੁੱਖੀ ਗੁਣਾਂ ਨੂੰ ਧਾਰਨ ਕਰਨ ਦੀ ਬਜਾਏ ਪਸ਼ੂ ਪੂਜਾ 'ਚ ਲੱਗ ਜਾਏਗਾ, ਬੰਦਾ ਇਹ ਪਸ਼ੂ ਬਿਰਤੀ ਤੋਂ ਵੀ ਮਾੜੀ ਹਾਲਤ ਆ, ਪਸ਼ੂ ਤਾਂ ਹੈ ਪਸ਼ੂ ਨਾ, ਅਤੇ ਬੰਦਾ ਪਸ਼ੂ ਦੀ ਪੂਜਾ ਕਰਨ ਲੱਗ ਜਾਏ, ਇਸ ਕਰਕੇ ਕਿਉਂਕਿ ਉਹਦੇ ਜ਼ਰੀਏ ਮੇਰੀਆਂ ਕਾਮਨਾਵਾਂ ਪੂਰੀਆਂ ਹੋਣੀਆਂ ਨੇ। ਗੁਰੂ ਰਾਮਦਾਸ ਸਾਹਿਬ ਨੇ ਕਿਹਾ ਨਾ, ਇਹ ਚੱਕਰ 'ਚ ਨਾ ਪਈ, ਸਭ ਸੁੱਖ ਦੇਣ ਵਾਲਾ ਅਕਾਲ ਪੁਰਖ ਵਾਹਿਗੁਰੂ ਜੀ ਹੈ। ਸੋ ਐਸਾ ਹਰ ਧਿਆਈਐ ਮੇਰੇ ਜੀਅੜੇ, ਐ ਮੇਰੀ ਜਿੰਦ, ਐ ਮੇਰੇ ਹਿਰਦੇ, ਐ ਮੇਰੇ ਆਪੇ, ਜਿਹਨੂੰ ਅਸੀਂ ਅੰਗਰੇਜ਼ੀ ਜ਼ਬਾਨ 'ਚ ਕਹਿੰਦੇ ਹਾਂ ਉਹ ਮਾਈ ਕੌਨਸ਼ੀਅਸ, ਉਹ ਮੇਰੀ ਚੇਤਨਾ, ਆ ਬਾਤ ਧਿਆਨ ਨਾਲ ਸੁਣ। ਸੋ ਐਸਾ ਹਰ ਧਿਆਈਐ ਮੇਰੇ ਜੀਅੜੇ, ਇਹੋ ਜਿਹੇ ਹਰੀ ਵੱਲ ਆਪਣਾ ਧਿਆਨ ਲੈ ਕੇ ਜਾ ਮੇਰੇ ਜੀਅੜੇ, ਤਾਂ ਸਰਬ ਸੁੱਖ ਪਾਵੈ ਮੇਰੇ ਮਨਾ, ਤਾਂ ਫਿਰ ਤੈਨੂੰ ਸਰਬ ਸੁੱਖ ਪ੍ਰਾਪਤ ਹੋਣਗੇ। ਇੱਥੇ ਸਰਬ ਸੁੱਖ ਦਾ ਮਾਇਨ ਐਵੇਂ ਅੰਡਰਸਟੈਂਡ ਕੀਤਾ ਜਾਏ, ਮਨ ਹੀ ਦੁੱਖ ਦਾ ਭੁਲੰਦਾ ਆ। ਚੀਜ਼ਾਂ ਹਾਲਾਤ ਆਲੇ ਦੁਆਲੇ ਜਿਹੋ ਜਿਹੇ ਚੱਲਦੇ ਨੇ, ਦੇਖੋ ਰੂਟਸ ਦੇਖੋ ਪ੍ਰੋਪਰਲੀ,
ਸਾਡੇ ਜਿਹੋ ਜਿਹੀ ਫੈਮਿਲੀ ਹੁੰਦੀ ਹੈ ਉਹੋ ਜਿਹਾ ਸਾਡਾ ਰਹਿਣ ਸਹਿਣ, ਉਹੋ ਜਿਹੀ ਐਜੂਕੇਸ਼ਨ, ਸਭ ਚੀਜ਼ਾਂ ਮਿਲਦੀਆਂ ਨੇ ਅਤੇ ਸਥਿਤੀਆਂ ਦੇ ਮੁਤਾਬਕ ਬੰਦਾ ਆਪਣੇ ਆਪ ਨੂੰ ਢਾਲਦਾ ਆ। ਹੁਣ ਇਹ ਵੀ ਇੱਕ ਰਿਐਲਿਟੀ ਹੈ, ਇਹਨਾਂ ਮੁਲਕਾਂ 'ਚ ਬੈਠੇ ਹਾਂ ਅਸੀਂ, ਕਈ ਵਾਰ ਇੱਥੋਂ ਦੇ ਬੱਚਿਆਂ ਨੂੰ ਬੜੇ ਕਹਿੰਦੇ ਹਾਂ ਦੇ ਆਰ ਵੈਰੀ ਲੱਕੀ, ਦੇ ਆਰ ਸੋ ਐਕਚੁਲੀ ਲੱਕੀ, ਦੇ ਆਰ ਹੈਵਿੰਗ ਸੋ ਮੱਚ ਥਿੰਗਸ, ਦੇ ਆਰ ਗੈਟਿੰਗ, ਇਸ ਕਿਸਮ ਦੇ ਨਾਲ ਜਿਹੜੇ ਗਰੀਬ ਮੁਬਾਲਿਕ 'ਚ ਰਹਿੰਦੇ ਨੇ ਉਹਨਾਂ ਨੂੰ ਅਸੀਂ ਕਹਿੰਦੇ ਹਾਂ ਦੇ ਆਰ ਵੈਰੀ ਅਨਲੱਕੀ ਉਸ ਰੂਪ ਦੇ। ਸੱਚ ਇਹ ਹੈ ਇਹਨਾਂ ਦਾ ਫੋਕਸ ਘੱਟ ਆ, ਉਹਨਾਂ ਦਾ ਫੋਕਸ ਜ਼ਿਆਦਾ, ਉਹ ਜ਼ਿਆਦਾ ਪੜ੍ਹ ਰਹੇ ਨੇ। ਜੇ ਅਜਿਹੋ ਜਿਹੀ ਸਥਿਤੀ ਆ ਉਹਨੂੰ ਅਵੇਲ ਕਰੋ, ਉਹ ਜੇ ਹਾਲਾਤ ਵਿੱਚੋਂ ਤੁਸੀਂ ਜਿਹੜਾ ਹੈਗਾ ਆਪਣਾ ਸੁੱਖ, ਆਪਣੀ ਮਾਨਸਿਕ ਸੁੱਖ ਸ਼ਾਂਤੀ ਲੱਭ ਸਕਦੇ ਹੋ। ਗੁਰੂ ਬਾਬਾ ਜੀ ਨੇ ਬਾਤ ਕੀਤੀ, ਜੇ ਮੇਰੇ ਜੀੜੇ ਇਹ ਮੇਰੀ ਕੌਂਸ਼ੀਅਸ ਜਿਸ ਪਾਸੇ ਧਿਆਨ ਦੇਣਗੇ ਤਾਂ ਸਰਬ ਸੁੱਖ ਪਾਵੇਂ ਮੇਰੇ ਮਨਾਂ, ਸਭ ਸੁੱਖ ਤੈਨੂੰ ਪ੍ਰਾਪਤ ਹੋਣਗੇ, ਜਿਹੜੇ ਅੰਤਲੇ ਪਦੇ ਨੇ ਇਹਦੇ ਅੰਦਰ। ਹੁਣ ਬਾਤ ਬਿਲਕੁਲ ਗੁਰੂ ਬਾਬਾ ਜੀ ਨੇ ਜਿਹਨੂੰ ਕਿਹਾ ਜਾਏ ਕਿ ਬਿਲਕੁਲ ਸਿਰੇ ਲਾ ਦਿੱਤੀ, ਕਿਹਾ ਜੈ ਹਰ ਸਿਮਰਨ ਭਇਆ ਤੈ ਉਪਾਦ ਗਤ ਕੀ ਨਹੀਂ। ਤਿੰਨ ਲਫਜ਼ ਨੇ, ਆਦ, ਵਿਆਹ ਅਤੇ ਉਪਾਦ। ਉਪਾਦ ਨੂੰ ਕਹਿੰਦੇ ਨੇ ਸਿੱਧੇ ਤੌਰ 'ਤੇ ਕਲੇਸ਼, ਜਿਹੜਾ ਉਪਾਦ ਆ, ਕਲੇਸ਼ ਆ, ਇਹ ਅਸੀਂ ਕਹਿੰਦੇ ਹਾਂ ਬਾਹਰ ਪੈਦਾ ਕਰਦੇ ਲੋਕ, ਮਤਲਬ ਘਰਾਂ 'ਚ ਕਲੇਸ਼ ਮੋਤੀ ਵੀ ਕਰਦਾ, ਹਾਲਾਤ ਜਿਹੜਾ ਹੈ ਕਲਾ ਕਲੇਸ਼ ਤਾਂ ਭਰਦਾ, ਉੱਥੋਂ ਹੀ ਫਿਰ ਬਾਹਰ ਕਲੇਸ਼ ਨਿਕਲਦਾ ਆ। ਹੁਣ ਘਰਾਂ ਦੇ ਹਾਲਾਤਾਂ 'ਚ ਜਦੋਂ ਕਲੇਸ਼ ਆ ਅਤੇ ਕਲੇਸ਼ ਕਾਹਦਾ ਹੋਏਗਾ, ਦੋ ਜੀ ਆਪਸ ਵਿੱਚ ਬੋਲ ਰਹੇ ਨੇ, ਉੱਚੀ ਉੱਚੀ ਲੜ ਰਹੇ ਨੇ, ਇੱਕ ਗੱਲ ਕਰ ਰਿਹਾ, ਦੂਜਾ ਉਹਨੂੰ ਅਪੋਜ਼ ਕਰ ਰਿਹਾ, ਦੂਜਾ ਕਰ ਰਿਹਾ ਪਹਿਲਾਂ ਉਹਨੂੰ ਅਪੋਜ਼ ਕਰ ਰਿਹਾ, ਇਸ ਕਿਸਮ ਦੀ ਬਾਤ ਹੋ ਰਹੀ, ਇਹੀ ਲੜਾਈ ਹੁੰਦੀ ਹੈ। ਹਕੀਕਤ ਇਹ ਹੈ ਲੜਾਈ ਬਾਹਰ ਇਜ਼ਹਾਰ ਵਿੱਚ ਆਉਂਦੀ, ਉਹਦੇ ਬਾਹਰ ਤੇ ਸਿਰਫ ਲੜਾਈ ਦੇ ਸਾਈਨ ਐਂਡ ਸਿਮਟਮਸ ਨੇ, ਲੜਾਈ ਦਾ ਰੂਟ ਬਾਹਰ ਨਹੀਂ ਹੈਗਾ, ਰੂਟ ਬਿਮਾਰੀ ਜਿਹੜੀ ਹੈ ਉਹ ਬੰਦੇ ਦੇ ਮਨ ਵਿੱਚ ਪਈ ਹੈ। ਇੱਕ ਨੇ ਗੱਲ ਕਹੀ, ਦੂਜੇ ਨੇ ਉਹ ਤੋਂ ਉਥਲ ਦਿੱਤੀ, ਲੜਾਈ ਸ਼ੁਰੂ ਹੋ ਗਈ। ਇੱਕ ਨੇ ਗੱਲ ਕਹੀ, ਦੂਜੇ ਨੇ ਸੰਭਾਲ ਲਈ, ਲੜਾਈ ਖਤਮ ਹੋ ਗਈ। ਇਹ ਉਪਾਦ, ਇੱਕ ਬੰਦਾ ਜਿਹੜਾ ਹੈਗਾ ਉਹ ਉਸ ਰੂਪ ਵਿੱਚ ਉਬਲ ਕੇ ਪੈਂਦਾ, ਕਿਸੇ ਰੂਪ ਵਿੱਚ ਬਾਤ ਕਹਿੰਦਾ ਹੈਗਾ, ਤੇ ਇਹ ਨਹੀਂ ਵੀ ਤੁਸੀਂ ਹਰ ਗੱਲ 'ਤੇ ਐਗਰੀ ਕਰੋਗੇ, ਤੁਸੀਂ ਡਿਸਐਗਰੀ ਕਰਦਿਆਂ ਹੋਇਆਂ ਵੀ ਲੜਾਈ ਖਤਮ ਕਰ ਸਕਦੇ ਹੋ। ਸਾਡਾ ਤਾਂ ਕਾਉਂਸਲਿੰਗ ਦੇ ਵਿੱਚ ਸਾਰਾ ਰੋਲ ਹੀ ਇਹ ਹੁੰਦਾ ਆ ਵੀ ਹਾਊ ਕੈਨ ਯੂ ਬੀ ਡਿਸ ਐਕਚੁਲੀ ਜਿਹੜਾ ਹੈਗਾ ਕਿਸੇ ਦੇ ਨਾਲ, ਤੁਸੀਂ ਹਾਊ ਕੈਨ ਯੂ ਬੀ ਡਿਸਐਗਰੀ ਵਿਦ ਸਮਵਨ ਇਨ ਰਿਸਪੈਕਟਡ ਮੈਨਰਸ। ਤੁਸੀਂ ਕਿਸੇ ਨਾਲ ਡਿਸਐਗਰੀ ਹੋ ਪਰ ਰਿਸਪੈਕਟਡ ਮੈਨਰਸ ਦੇ ਵਿੱਚ, ਉਹਨੂੰ ਕਹਿੰਦੇ ਹੋ ਵੀ ਯੂ ਨੋ ਯੂ ਮਾਈਟ ਬੀ ਰਾਈਟ ਬਟ ਐਟ ਦ ਸੇਮ ਟਾਈਮ ਆਈ ਕੈਨ ਨੋਟ ਐਗਰੀ ਵਿਦ ਇਟ, ਆਈ ਐਮ ਐਕਚੁਲੀ ਆਈ ਡਿਸਐਗਰੀ ਵਿਦ ਇਟ ਵਿਦ ਵੈਰੀ ਰਿਸਪੈਕਟਡ ਵੇ। ਅਗਲਾ ਬੰਦਾ ਕਹੇਗਾ ਉਹ ਕਿਵੇਂ, ਉਹਨੂੰ ਕਹੇ ਗੱਲ ਇਹ ਹੈ ਇਹ ਤੇਰੇ ਵਿਚਾਰ ਨੇ ਮੇਰੇ ਵਿਚਾਰ ਆ ਨੇ, ਗੱਲ ਇਹ ਹੋ ਗਈ ਇੱਕ ਮਾਹੌਲ। ਇਹ ਜਿਹੜੀਆਂ ਚੀਜ਼ਾਂ ਨੇ ਇਹ ਹੈ ਜੇ ਮਨ ਦੇ ਵਿੱਚ ਕੁਝ ਵਲਵਲਾ ਤੁਹਾਡਾ ਟਕਾ ਵਿੱਚ ਹੈ, ਅਤੇ ਜੇ ਮਨ ਦੇ 'ਚ ਪਹਿਲਾਂ ਹੀ ਇੱਕ ਬਾਤ ਬੰਦੇ ਨੂੰ ਆ ਗਈ, ਬਾਇਸ ਬਣ ਗਿਆ, ਇਹਨੇ ਮੇਰੀ ਗੱਲ ਮੰਨਣੀ ਨਹੀਂ, ਮੈਂ ਮਨਾ ਕੇ ਛੱਡਣੀ, ਉਪਾਦ ਇਹਦੀ ਗੱਤ ਹੋ ਜਾਏ, ਇਹਦੇ ਵੱਲੋਂ ਬੰਦੇ ਦੀ ਸੈਲਵੇਸ਼ਨ, ਮੁਕਤੀ ਹੋ ਜਾਏ, ਬੰਦੇ ਦੀ ਜਿਹੜੀ ਹੈ ਖਤਮ ਸਮਾਪਤ ਹੋ ਜਾਏ। ਗੁਰੂ ਸਾਹਿਬ ਕਹਿੰਦੇ ਜੈ ਹਰ ਸਿਮਰਨ ਭਇਆ, ਜੇ ਮਨ ਵਿੱਚ ਲਗਾਤਾਰ ਚੰਗੇ ਵਿਚਾਰਾਂ ਦੀ ਸਮ੍ਰਿਤੀ ਰਹੇਗੀ ਤਾਂ ਉਪਾਦ ਗਤ ਕੀਨੀ, ਪਰ ਹਾਂ ਵੱਡ ਭਾਗੀ ਹਰ ਜਪਣਾ। ਇਹ ਵੱਡੇ ਭਾਗਾਂ ਵਾਲਿਆਂ ਨੂੰ ਇਹੋ ਜਿਹਾ ਜਪਣ ਦਾ, ਇਹੋ ਜਿਹਾ ਜਪ ਆਉਂਦਾ ਹੈ, ਅਦਰਵਾਈਜ਼ ਕਿੱਥੇ ਇਹੋ ਜਿਹਾ ਜਪ ਦਾ ਬੰਦੇ ਨੂੰ ਪਤਾ ਲੱਗਦਾ ਹੈਗਾ। ਅੰਤਲੀ ਲਾਈਨ ਆ, ਜਨ ਨਾਨਕ ਕੋ ਗੁਰ ਇਹ ਮਤ ਦੀ ਨਹੀਂ, ਇਹੀ ਮਤ ਦੀ ਗੱਲ ਆ। ਗੁਰੂ ਰਾਮਦਾਸ ਸਾਹਿਬ ਕਹਿੰਦੇ ਆਪਾਂ ਵੀ ਰੁਲ ਜਾਣਾ ਸੀ, ਇਹ ਤਾਂ ਗੁਰੂ ਨੇ ਤਰਸ ਕੀਤਾ, ਇਹ ਮਤ ਦੇ ਤੀ, ਇਹ ਦੀਵਾ ਬਾਲਤਾ। ਕਹਿੰਦੇ ਜਨ ਨਾਨਕ ਕੋ ਗੁਰ ਇਹ ਮਤ ਦੀਨੀ, ਗੁਰੂ ਦੁਆਰਾ ਇਹ ਮਤ ਦੀ ਪ੍ਰਾਪਤੀ ਹੋਈ, ਜਪ ਹਰ ਭਵਜਲ ਤਰਨਾ, ਤੇ ਉਹ ਮਤ ਇਹ ਹੈ ਜਪ ਕੇ ਭਵਜਲ ਤਰੇਗਾ। ਵਿਚਾਰਾਂ ਦਾ ਹੋਰ ਕੁਝ ਨਹੀਂ ਹੋ ਸਕਦਾ, ਵਿਚਾਰਾਂ ਦੀ ਰਿਪਲੇਸਮੈਂਟ ਆ, ਖਿਆਲਾਂ ਨੂੰ ਸਹੀ ਰੂਪ ਦੇ ਸੁਚੱਜੇ ਢੰਗ ਦੇ ਨਾਲ ਜ਼ਹਿਨੀ ਤੌਰ 'ਤੇ ਆਪਣੇ ਅੰਦਰ ਅਪਣਾ ਕੇ ਹੀ ਬੰਦਾ ਆਪਣਾ ਅਤੇ ਦੂਜਿਆਂ ਦਾ ਭਲਾ ਕਰ ਸਕਦਾ ਹੈਗਾ। ਸਾਹਿਬ ਰਹਿਮਤ ਕਰਨ, ਇਹੋ ਜਿਹੇ ਸਤਿਨਾਮ ਨੂੰ ਅਸੀਂ ਸਿਮਰੀਏ, ਅਸੀਂ ਅਰਾਧੀਏ,
ਇੰਨੀਆਂ ਕੁ ਬੇਨਤੀਆਂ ਨਾਲ ਖਿਮਾ ਭੁੱਲਾਂ ਗਲਤੀਆਂ ਨਾ ਚਿਤਾਰਿਓ ਸਭ ਪ੍ਰੇਮ ਕਹਿ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।